ਹੈਲੋ एवरीवन ਅੱਜ ਇਸ ਵੀਡੀਓ ਦੇ ਵਿੱਚ ਆਪਾਂ ਪੀਐਸਟੈਟ ਜਿਹੜਾ ਕਿ ਹੁਣ ਕੁਝ ਦਿਨਾਂ ਬਾਅਦ ਹੋਣ ਵਾਲਾ ਏ ਉਹਦੇ ਰਿਲੇਟਿਡ ਇੰਪੋਰਟੈਂਟ ਟਿਪਸ ਐਂਡ ਟ੍ਰਿਕਸ ਦੀ ਗੱਲ ਕਰਾਂਗੇ ਠੀਕ ਹੈ ਇਹ ਟਿਪਸ ਐਂਡ ਟ੍ਰਿਕਸ ਜਿਹੜੀਆਂ ਨੇ ਇਹ ਤੁਹਾਡੇ ਐਗਜ਼ਾਮ ਨੂੰ ਕੁਆਲੀਫਾਈ ਕਰਨ ਦੇ ਵਿੱਚ ਜ਼ਰੂਰ ਹੈਲਪਫ ਹੋ ਕਰਨਗੀਆਂ ਠੀਕ ਹੈ ਤਾਂ ਜ਼ਰੂਰ ਤੋਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਟੈਪ ਵਾਈਜ਼ ਸਟੈਪ ਆਪਾਂ ਹਰ ਇੱਕ ਚੀਜ਼ ਤੇ ਗੱਲ ਕਰਾਂਗੇ ਠੀਕ ਹੈ ਕੋਈ ਵੀ ਵੀਡੀਓ ਕੋਈ ਵੀ ਪਾਰਟ ਛੱਡਣਾ ਨਹੀਂ ਹੈਗਾ ਠੀਕ ਹੈ ਜਰੂਰ ਐਂਡ ਤੱਕ ਦੇਖਿਓ ਆਮ ਸ਼ੋਰ ਜੇਕਰ ਤੁਸੀਂ ਵੀਡੀਓ ਪ੍ਰੋਪਰ ਤਰੀਕੇ ਨਾਲ ਸਮਝਦੇ ਅਤੇ ਸੁਣਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਜਰੂਰ ਹੈਲਪ ਕਰੇਗੀ ਠੀਕ ਹੈ ਤਾਂ ਗੱਲ ਕਰਦੇ ਆ ਪੀਐਸਟੈਟ ਦੀ ਕਿ ਕਿਦਾਂ ਇਹਦੇ ਵਿੱਚ ਕਿਹੜੇ ਟਾਪਿਕ ਨੇ ਜਿਨ੍ਹਾਂ ਨੂੰ ਕਵਰ ਕਰਕੇ 100 ਪਲੱਸ ਮਾਰਕਸ ਜਿਹੜੇ ਨੇ ਸਕੋਰ ਕੀਤੇ ਜਾ ਸਕਦੇ ਨੇ ਵੈਰੀ ਈਜ਼ੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਅਕੋਰਡਿੰਗ ਟੂ ਆਪਣੇ ਪੀਐਸਟੈਟ ਦੇ ਪੈਟਰਨ ਦੀ ਠੀਕ ਹੈ ਤਾਂ ਆਪਾਂ ਨੂੰ ਪਤਾ ਹੈ ਜਿਹੜਾ ਪੀਐਸਟੈਟ ਦਾ ਪੈਟਰਨ ਹੈ ਜੇ ਆਪਾਂ ਦੇਖੀਏ ਤਾਂ ਉਹਦੇ ਲਈ ਜੇ ਆਪਾਂ ਨੇ 100 ਪਲੱਸ ਮਾਰਕਸ ਲੈਣੇ ਨੇ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਉਹ ਦੇਖਦੇ ਹਾਂ ਠੀਕ ਹੈ ਤਾਂ ਆਪਾਂ ਨੂੰ ਪੈਟਰਨ ਪਤਾ ਹੀ ਹੈ ਆਪਣੇ ਕਿੰਨੇ ਮਾਰਕਸ ਦਾ ਪੇਪਰ ਹੈ 150 ਮਾਰਕਸ ਦਾ ਪੇਪਰ ਹੈ ਤੇ 150 ਹੀ ਮਿੰਟ ਮਿਲਣਗੇ ਲਗਭਗ 2.5 ਘੰਟਾ ਠੀਕ ਹੈ ਜੇਕਰ ਆਪਾਂ ਨੂੰ ਸਮਾਰਟਨਸ ਤਰੀਕੇ ਦੇ ਨਾਲ ਯੂਜ਼ ਕਰਦੇ ਆ ਇਸ ਟਾਈਮ ਨੂੰ ਤਾਂ ਬਹੁਤ ਸਫੀਸ਼ੀਐਂਟ ਟਾਈਮ ਹੈ ਇਹ ਐਗਜ਼ਾਮ ਦੇ ਲਈ ਠੀਕ ਹੈ ਤੇ ਪਲੱਸ ਪੁਆਇੰਟ ਕੀ ਹੈ ਐਗਜ਼ਾਮ ਦਾ ਪਲੱਸ ਪੁਆਇੰਟ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਕਿਸੇ ਤਰ੍ਹਾਂ ਦੀ ਵੀ ਕੋਈ 네ਗੇਟਿਵ ਮਾਰਕਿੰਗ ਐਗਜ਼ਾਮ ਦੇ ਵਿੱਚ ਨਹੀਂ ਹੈਗੀ ਉਸ ਤੋਂ ਬਾਅਦ ਜੇ ਗੱਲ ਕਰੀਏ ਕੁਆਲੀਫਾਈ ਮਾਰਕਸ ਦੀ ਤਾਂ ਜਿਹੜੇ ਐਸਸੀਐਸਟੀ ਨੇ ਉਹ 82 ਨੰਬਰ ਤੇ ਕੁਆਲੀਫਾਈ ਕਰ ਜਾਂਦੇ ਨੇ ਪੀਐਸਟੈਟ ਨੂੰ ਤੇ ਜਿਹੜੇ ਜਨਰਲ ਨੇ 90 ਨੰਬਰ ਦੇ ਕੁਆਲੀਫਾਈ ਕਰ ਜਾਂਦੇ ਨੇ ਠੀਕ ਹੈ ਇਸ ਲਈ एससीएसटी ਨੂੰ 82 ਨੰਬਰ ਲੈਣ ਜ਼ਰੂਰੀ ਨੇ ਤੇ ਜਨਰਲ ਨੂੰ 90 ਦੇ ਲਈ ਠੀਕ ਹੈ ਤਾਂ ਹੁਣ ਜਿੱਦਾਂ ਆਪਾਂ ਨੂੰ ਪਤਾ ਹੈ ਕਿ 24 ਤਰੀਕ ਨੂੰ ਆਪਣਾ ਪੀਐਸ ਟੈਟ ਹੋਣਾ ਹੈ ਠੀਕ ਹੈ 24 ਤਰੀਕ ਨੂੰ ਤਾਂ ਉਮੀਦ ਕਰਦੀ ਆ ਕਿ ਤੁਹਾਡੀ ਤਿਆਰੀ ਜਿਹੜੀ ਆ ਵਧੀਆ ਚੱਲ ਰਹੀ ਹੋਵੇਗੀ ਬਿਲਕੁਲ ਪੀਕ ਤੇ ਚੱਲਦੀ ਹੋਵੇਗੀ ਤਿਆਰੀ ਹਨਾ ਤਾਂ ਇਹਦੇ ਲਈ ਜਿਹੜੀ ਕੁਝ ਇੰਪੋਰਟੈਂਟ ਟਿਪਸ ਐਂਡ ਟ੍ਰਿਕਸ ਨੇ ਜਿਹੜੀ ਕਿ ਮੈਂ ਵੀ ਆਪਣੇ ਪੀਐਸ ਟੈਟ ਜਦੋਂ ਮੈਂ ਕਲੀਅਰ ਕਰਿਆ ਸੀਗਾ ਉਦੋਂ ਮੈਂ ਵੀ ਫੋਲੋ ਕਰੀ ਸੀ ਤਾਂ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ ਸੀ ਤਾਂ ਮੈਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਇਹ ਚੀਜ਼ ਇੰਪੋਰਟੈਂਟ ਹੈ ਦੇ ਵਿੱਚ ਇਸ ਪੇਪਰ ਦੇ ਵਿੱਚ ਆ ਸਭ ਤੋਂ ਪਹਿਲਾਂ ਆਪਾਂ ਨੂੰ ਸਿਲੇਬਸ ਨੂੰ ਐਨਾਲਾਈਜ਼ ਕਰਨਾ ਇੰਪੋਰਟੈਂਟ ਹੈ ਠੀਕ ਹੈ ਜਦੋਂ ਤੱਕ ਆਪਾਂ ਸਿਲੇਬਸ ਨੂੰ ਐਨਾਲਾਈਜ਼ ਨਹੀਂ ਕਰਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਕਿਹੜੇ ਟਾਪਿਕਸ ਕਿੱਦਾਂ ਪੁੱਛੇ ਜਾਂਦੇ ਨੇ ਠੀਕ ਹੈ ਪ੍ਰੋਪਰ ਟਾਪਿਕ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਈ ਬੱਚੇ ਕੀ ਕਰਦੇ ਨੇ ਕਿਸੇ ਟਾਪਿਕ ਨੂੰ ਉੱਪਰੋਂ ਉੱਪਰੋਂ ਰੱਟ ਲੈਂਦੇ ਨੇ ਕਈ ਬਿਲਕੁਲ ਜ਼ਿਆਦਾ ਡੈਪਥ ਦੇ ਵਿੱਚ ਚਲੇ ਜਾਂਦੇ ਨੇ ਉਹ ਚੀਜ਼ ਨਹੀਂ ਕਰਨੀ ਹੈਗੀ ਆਪਾਂ ਨੇ ਸਿਲੇਬਸ ਦੇ ਵਿੱਚ ਠੀਕ ਹੈ ਸਿਰਫ ਜਿੰਨਾ ਕਪਾ ਨੂੰ ਟਾਪਿਕ ਦਿੱਤਾ ਹੈ ਉਨਾ ਹੀ ਕਵਰ ਕਰਨਾ ਹੈ ਆਪਾਂ ਨੇ ਠੀਕ ਹੈ ਚਾਹੇ ਥੋੜੀ ਕਰੋ ਚੀਜ਼ ਪਰ ਵਧੀਆ ਤਰੀਕੇ ਨਾਲ ਕਰੋ ਕਿਉ ਅੱਗੇ ਭੱਜੀ ਜਾਓ ਤੇ ਪਿਛਲੀ ਚੀਜ਼ ਤੁਹਾਡੇ ਦਿਮਾਗ ਚੋਂ ਨਿਕਲਦੀ ਜਾਵੇ ਠੀਕ ਹੈ ਤਾਂ ਸਿਲੇਬਸ ਨੂੰ ਐਨਾਲਾਈਜ਼ ਕਰਨਾ ਵੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਜਿਹੜੀ ਮੈਨੂੰ ਲੱਗਦੀ ਹੈ ਮਤਲਬ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿਹੜੀ ਇਸ ਐਗਜ਼ਾਮ ਨੂੰ ਕੁਆਲੀਫਾਈ ਕਰਨ ਦੇ ਵਿੱਚ ਹੈ ਉਹ ਹੈਗਾ ਪ੍ਰੀਵੀਅਸ ਈਅਰ ਕੁਐਸਚਨ ਕਈ ਬੱਚੇ ਕੀ ਕਰਦੇ ਨੇ ਪ੍ਰੀਵੀਅਸ ਈਅਰ ਨੂੰ ਸਕਿਪ ਕਰ ਦਿੰਦੇ ਨੇ ਠੀਕ ਹੈ ਛੱਡ ਦਿੰਦੇ ਨੇ ਵਾਈ ਕਿਉਂਕਿ ਬਿਕੋਜ਼ ਉਹਨਾਂ ਨੂੰ ਐਦਾਂ ਲੱਗਦਾ ਹੈ ਕਿ ਇਹ ਕੁਐਸਚਨ ਰਿਪੀਟ ਨਹੀਂ ਹੋਣ ਲੱਗੇ ਹੈਗੇ ਅੱਗੇ ਠੀਕ ਹੈ हां मैं मानती आके कोई रिपीट नहीं ਹੁੰਦੇ ਹੈਗੇ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਕੁਐਸਚਨ ਰਿਪੀਟ ਹੋਣ ਜਿਹੜੇ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਉਹ ਜ਼ਰੂਰ ਰਿਪੀਟ ਹੋ ਜਾਂਦੇ ਨੇ ਠੀਕ ਹੈ ਲੇਕਿਨ ਜੇਕਰ ਗੱਲ ਕਰੀਏ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਸੋਲਵ ਕਰਨ ਦੀ ਤਾਂ ਦੇਖੋ ਮੈਂ ਤੁਹਾਨੂੰ ਇਹਦਾ ਬੈਨੀਫਿਟ ਦੱਸ ਦਿਆ ਕੀ ਹੁੰਦਾ ਹੈ ਪ੍ਰੀਵੀਅਸ ਈਅਰ ਨੂੰ ਸੋਲਵ ਕਰਨ ਦਾ ਠੀਕ ਹੈ ਜੇਕਰ ਤੁਸੀਂ ਹੁਣ ਤੱਕ ਨਹੀਂ ਕਰੇ ਤਾਂ ਤੁਸੀਂ ਜਰੂਰ ਪ੍ਰੀਵੀਅਸ ਈਅਰ ਨੂੰ ਸੋਲਵ ਕਰੋ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ 2011 ਤੋਂ ਲੈ ਕੇ 2021 ਤੱਕ ਜਿੰਨੇ ਵੀ ਐਗਜ਼ਾਮ ਹੋਏ ਨੇ ਪੀਐਸ ਟੈਟ ਦੇ ਜਾਂ ਕੋਈ ਵੀ ਜਿਹੜੇ ਵੀ ਲੈਵਲ ਦਾ ਪੀਐਸ ਟੈਟ ਹੋਇਆ ਹੈ ਹਨਾ ਵੀ ਕਿਹੜੇ ਵੀ ਈਅਰ ਦਾ ਇਹ ਸਾਰੇ ਸੋਲਵ ਕਰੋ ਨਹੀਂ ਮੈਂ ਸਾਰੇ ਨਹੀਂ ਕਹਿੰਦੀ ਹੈਗੀ ਪਰ ਘੱਟੋ ਘੱਟ ਇੰਨੇ ਕੁ ਜਰੂਰ ਸੋਲਵ ਕਰੋ ਵੀ ਘੱਟੋ ਘੱਟ ਲਾਸਟ ਦੇ 5 ਈਅਰਸ ਦੇ ਲਾਸਟ ਦੇ 5 ਇਅਰਸ ਦੇ ਜਰੂਰ ਪ੍ਰੀਵੀਅਸ ਇਅਰ ਕੁਐਸਚਨਸ ਨੂੰ ਦੇਖੋ ਸੋਲਵ ਕਰੋ ਉਹਨਾਂ ਨੂੰ ਇਹ ਕੀ ਕਰਨੀ ਹੈ ਮੈਂ ਤੁਹਾਡਾ ਬੈਨੀਫਿਟ ਦੱਸ ਦਿਆਂ ਇਹ ਤੁਹਾਡੀ ਜਿਹੜੀ ਨਾ ਲੈਂਗੁਏਜ ਦੇ ਪਕੜ ਬਣਾਣਗੇ ਪੀਐਸਟ ਨੂੰ ਜੇਕਰ ਤੁਸੀਂ ਧਿਆਨ ਨਾਲ ਐਨਲਾਈਜ਼ ਕਰਦੇ ਹੋ ਉਹਦੇ ਕੁਐਸਚਨ ਪੇਪਰਸ ਨੂੰ ਤਾਂ ਤੁਹਾਨੂੰ ਪਤਾ ਲੱਗੇਗਾ ਉਹਦੀ ਜਿਹੜੀ ਲੈਂਗੁਏਜ ਹੈ ਉਹ ਥੋੜੀ ਲੈਂਥੀ ਹੁੰਦੀ ਹੈ ਤੇ ਥੋੜੀ ਲੈਂਗੁਏਜ ਟਿਪੀਕਲ ਹੁੰਦੀ ਹੈ ਠੀਕ ਹੈ ਜਦੋਂ ਤੱਕ ਪ੍ਰੀਵੀਅਸ ਇਅਰ ਕੁਐਸਚਨ ਸੋਲਵ ਨਹੀਂ ਕਰਦੇ ਤੁਹਾਡੇ ਤੋਂ ਉਹ ਪੇਪਰ ਨਹੀਂ ਨਿਕਲਣਾ ਤੁਸੀਂ ਮੇਤਲ ਖਾ ਕੇ ਲੈ ਸਕਦੇ ਹੋ ਠੀਕ ਹੈ ਤਾਂ ਮੈਂ ਤੁਹਾਨੂੰ ਜਸਟ ਇੱਕ ਜਰੂਰ ਸੁਜੈਸ਼ਨ ਦੇਣਾ ਚ ਇੱਕ ਇੱਕ ਕਰਦੀ ਹੈ ਇਹ ਆਪਾਂ ਨੂੰ ਲੈਂਗੁਏਜ ਦੇ ਨਾਲ ਨਾਲ ਲੈਂਗੁਏਜ ਤਾਂ ਆਪਾਂ ਨੂੰ ਪਤਾ ਲੱਗਦੀ ਹੈ ਉੱਥੇ ਬੈਠ ਕੇ ਠੀਕ ਹੈ ਕਿ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ ਕੁਝ ਇਹ ਤੁਹਾਡੇ ਮਦਦ ਕਰਨਗੇ ਟੌਪਿਕ ਕਵਰ ਕਰਨ ਦੇ ਵਿੱਚ ਜਿਹੜੇ ਟੌਪਿਕ ਤੁਹਾਡੇ ਰਹਿੰਦੇ ਨੇ ਠੀਕ ਹੈ ਲਾਸਟ ਦੇ ਦਿਨਾਂ ਦੇ ਵਿੱਚ ਉਹ ਟੌਪਿਕ ਦੇਖਿਓ ਤੁਸੀਂ ਪ੍ਰੀਵੀਅਸ ਈਅਰ ਦੇ ਵਿੱਚੋਂ ਕਿ ਉਹਨਾਂ ਉਹ ਟੌਪਿਕ ਦੇ ਵਿੱਚੋਂ ਕਿਹੜੇ ਕੁਐਸਚਨ ਕਿਸ ਤਰੀਕੇ ਨਾਲ ਪੁੱਛੇ ਗਏ ਨੇ ਠੀਕ ਹੈ ਜ਼ਰੂਰ ਤੋਂ ਦੇਖਿਓ ਜਿਹੜੇ ਪ੍ਰੀਵੀਅਸ ਈਅਰ ਨੇ ਉਹ ਇੱਕ ਤਰ੍ਹਾਂ ਦੀ ਡਾਇਰੈਕਸ਼ਨ ਦਾ ਕੰਮ ਕਰਦੇ ਨੇ ਆਪਣੇ ਲਈ ਠੀਕ ਹੈ ਇਹਨਾਂ ਨੂੰ ਸਕਿੱਪ ਨਹੀਂ ਕਰਨਾ ਚਾਹੀਦਾ ਹੈਗਾ ਜਿਦਾ ਆਪਾਂ ਨੂੰ ਕਿਸੇ ਚੀਜ਼ ਦੀ ਡਾਇਰੈਕਸ਼ਨ ਦੀ ਲੋੜ ਹੁੰਦੀ ਹੈ ਨਾ ਕਿਤੇ ਜਾਣ ਦੇ ਲਈ ਉਦਾਂ ਹੀ ਆਪਾਂ ਨੂੰ ਪ੍ਰੀਵੀਅਸ ਇਅਰ ਚਾਹੀਦੇ ਨੇ ਕਿਸੇ ਐਗਜ਼ਾਮ ਨੂੰ ਸੋਲਵ ਕੁਆਲੀਫਾਈ ਕਰਨ ਦੇ ਲਈ ਠੀਕ ਹੈ ਪ੍ਰੀਵੀਅਸ ਇਅਰ ਆਪਾਂ ਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਦੀ ਲੈਂਗੁਏਜ ਹੈ ਕਿਹੜੀ ਚੀਜ਼ ਇੰਪੋਰਟੈਂਟ ਹੈ ਆਪਾਂ ਨੂੰ ਇਹਦੇ ਨਾਲ ਸਿਰਫ ਇੱਕ ਟਾਪਿਕ ਨੂੰ ਐਨਲਾਈਜ਼ ਕਰ ਲੈਣੇ ਆਪਾਂ ਪ੍ਰੀਵੀਅਸ ਇਅਰ ਦੇ ਨਾਲ ਠੀਕ ਹੈ ਨਾਲ ਤੁਹਾਨੂੰ ਕੁਐਸ਼ਨਸ ਦਾ ਤਰੀਕਾ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਕੁਐਸ਼ਨ ਪੁੱਛੇ ਜਾਂਦੇ ਨੇ ਲਾਸਟ ਇਅਰ ਠੀਕ ਹੈ ਤਾਂ ਜ਼ਰੂਰ ਤੋਂ 5 ਇਅਰ ਦੇ ਲਾਸਟ ਦੇ 5 ਇਅਰਸ ਦੇ ਜਿੰਨੇ ਵੀ ਪ੍ਰੀਵੀਅਸ ਇਅਰ ਨੇ ਜ਼ਰੂਰ ਤੋਂ ਸੋ ਪਲਸ ਜੇ ਆਪਾਂ ਗੱਲ ਕਰੀਏ ਬੁక్స్ ਪਲਸ ਆਨਲਾਈਨ ਸਟਡੀ ਦੀ ਤਾਂ ਮੈਨੂੰ ਲੱਗਦਾ ਟਾਪਿਕ ਤੁਹਾਡੇ ਲਗਭਗ ਕਵਰ ਹੋ ਹੀ ਚੁੱਕੇ ਹੋਣਗੇ ਜਿਨ੍ਹਾਂ ਦੇ ਨਹੀਂ ਹੋਏ ਹੈਗੇ ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ਕਰੋ ਐਗਜ਼ਾਮ ਵਾਰ-ਵਾਰ ਤਾਂ ਦੇਖੋ ਹੁੰਦਾ ਨਹੀਂ ਹੈਗਾ ਹਨਾ ਇੱਕ ਵਾਰੀ ਦੀ ਮਿਹਨਤ ਆਪਾਂ ਨੂੰ ਹੁਣ ਤਾਂ ਮੈਨੂੰ ਲੱਗਦਾ ਸਰਕਾਰ ਨੇ ਸਾਰੀ ਉਮਰ ਦੇ ਲਈ ਕਰਤਾ ਇਹ ਲਾਈਫਟਾਈਮ ਦੇ ਲਈ ਜਿਹੜਾ ਆਪਣਾ ਪੀਐਸਟੈਟ ਹੈ ਠੀਕ ਹੈ ਨਹੀਂ ਪਹਿਲਾਂ 7 ਸਾਲ ਦੇ ਕੁਝ ਐਦਾ ਹੁੰਦਾ ਸੀਗਾ 7 ਸਾਲ ਬਾਅਦ ਆਪਾਂ ਦੁਬਾਰਾ ਦੇਣਾ ਪੈਂਦਾ ਸੀਗਾ ਠੀਕ ਹੈ ਤਾਂ ਇਸ ਚੀਜ਼ ਦਾ ਬੈਨੀਫਿਟ ਉਠਾਓ ਜ਼ਰੂਰ ਤੇ ਇੱਕ ਐਗਜ਼ਾਮ ਨੂੰ ਕੁਆਲੀਫਾਈ ਕਰੋ ਕੁਝ ਬੱਚੇ ਕੀ ਕਰਦੇ ਨੇ ਇਹਨੂੰ ਐਜ਼ ਅ ਕੰਪੀਟੀਟਿਵ ਐਗਜ਼ਾਮ ਲੈ ਲੈਂਦੇ ਨੇ ਠੀਕ ਹੈ ਇਹਦੇ ਤੇ ਲੱਗੇ ਰਹਿੰਦੇ ਨੇ ਕੰਪੀਟੀਟਿਵ ਐਗਜ਼ਾਮ ਦੀ ਤਰ੍ਹਾਂ ਨਹੀਂ ਆਪਾਂ ਨੇ ਦੇਖਣਾ ਇਸ ਨੂੰ ਇਹ ਆਪਣੇ ਲਈ ਜਸਟ ਇੱਕ ਕੁਆਲੀਫਾਈਇੰਗ ਐਗਜ਼ਾਮ ਹੈ ਜਿਹੜੇ ਆਪਾਂ ਨੇ ਕੀ ਕਰਨਾ ਹੈ ਇਹਨੂੰ ਜਸਟ ਕੁਆਲੀਫਾਈ ਕਰਨਾ ਹੈ ਠੀਕ ਹੈ 82 ਨੰਬਰ ਐਸਸੀਆਂ ਦੇ ਲਈ ਤੇ 90 ਨੰਬਰ ਜਨਰਲ ਦੇ ਲਈ ਜ਼ਰੂਰੀ ਨੇ ਇਸ ਐਗਜ਼ਾਮ ਦੇ ਵਿੱਚ ਉਸ ਤੋਂ ਬਾਅਦ ਜੇ ਗੱਲ ਕਰੀਏ ਆਨਲਾਈਨ ਸਟੱਡੀ ਦੀ ਤਾਂ ਬੱਦ ਤੋਂ ਬਾਦ ਜਿਹੜੇ ਟੌਪਿਕ ਤੁਹਾਡੇ ਕਵਰ ਹੋ ਚੁੱਕੇ ਨੇ ਉਹਦੇ ਤੇ ਮੌਕ ਟੈਸਟ ਲਗਾਓ ਜਦੋਂ ਤੁਸੀਂ ਮੌਕ ਟੈਸਟ ਲਗਾਉਂਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੀ ਇਸ ਟੌਪਿਕ ਤੇ ਕਿੰਨੀ ਕ ਪਕੜ ਬਣ ਚੁੱਕੀ ਹੈ ਠੀਕ ਹੈ ਪ੍ਰੀਵੀਅਸ ਈਅਰ ਨੂੰ ਜ਼ਰੂਰ ਸੋਲਵ ਕਰੋ ਨਾਲੇ ਉਸ ਤੋਂ ਬਾਅਦ ਜੇ ਨੰਬਰ ਆ ਵੇਟੇਜ ਦੀ ਗੱਲ ਕਰੀਏ ਆਪਾਂ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਸੀਡੀਪੀ ਹੈ ਸੀਡੀਪੀ ਪੰਜਾਬੀ ਇੰਗਲਿਸ਼ ਪੰਜਾਬੀ ਮੈਥੀ ਵੀ ਹੈ ਸਾਰੇ ਜਿੰਨੇ ਵੀ ਸਬਜੈਕਟ ਨੇ ਉਹ ਸਾਰੇ 30 30 ਮਾਰਕਸ ਦਿੰਦੇ ਨੇ ਮਤਲਬ ਟੋਟਲ 150 ਨੰਬਰ ਦਾ ਆਪਣਾ ਐਗਜ਼ਾਮ ਹੁੰਦਾ ਹੈ ਹਨਾ ਇੱਕ ਨੰਬਰ ਇੱਕ ਕੁਐਸਚਨ ਦਾ ਹੁੰਦਾ ਹੈ ਹਨਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਇਹ ਪਲੱਸ ਪੁਆਇੰਟ ਹੈ ਦੇ ਲਈ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਸੀਡੀਪੀ ਪੰਜਾਬੀ ਇੰਗਲਿਸ਼ ਮੈਥੀ ਈਵੀਐਸ ਦੀ ਤਾਂ ਜਿਹਨੂੰ ਤੁਸੀਂ ਧਿਆਨ ਨਾਲ ਦੇਖੋ ਧਿਆਨ ਨਾਲ ਦੇਖੋ ਇਹਦੇ ਤਾਂ 15 ਨੰਬਰ ਦੀ ਸੀਡੀਪੀ ਦਾ ਕੰਟੈਂਟ ਹੈ 15 ਨੰਬਰ ਦੀ ਪੈਡਾਗੋਜੀ 15 ਨੰਬਰ ਦੀ ਪੰਜਾਬੀ ਦਾ ਕੰਟੈਂਟ ਹੈ 15 ਨੰਬਰ ਦੀ ਪੈਡਾਗੋਜੀ ਹੈ ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ 15 ਦਾ ਕੰਟੈਂਟ 15 ਦੀ ਪੈਡਾਗੋਜੀ ਅੱਗੇ ਫਿਰ 10 ਮਾਰਕਸ ਦੀ ਈਵੀਐਸ ਤੇ ਮੈਥ ਦੇ ਵਿੱਚ ਹੈ ਠੀਕ ਹੈ ਪੈਡਾਗੋਜੀ ਤਾਂ ਜੇਕਰ ਤੁਸੀਂ ਧਿਆਨ ਨਾਲ ਦੇਖੋ ਆਪਣੇ ਐਗਜ਼ਾਮ ਨੂੰ ਤਾਂ ਲਗਭਗ 50 ਤੋਂ ਲੈ ਕੇ 60 ਨੰਬਰ ਦੇ ਜਿਹੜੇ ਕੁਐਸਚਨਸ ਨੇ ਠੀਕ ਹੈ ਉਹ ਕੌਣ ਕਵਰ ਕਰ ਰਿਹਾ ਉਹ ਕਵਰ ਕਰ ਰਹੀ ਹੈ ਆਪਣੀ ਪੈਡਾਗੋਜੀ ਪੈਡਾਗੋਜੀ ਕਵਰ ਕਰ ਰਹੀ ਹੈ 50 ਤੋਂ 60 ਨੰਬਰ ਠੀਕ ਹੈ ਤਾਂ ਜਿਹੜੇ ਬੱਚਿਆਂ ਨੇ ਪੈਡਾਗੋਜੀ ਛੱਡਤੀ ਜਾਂ ਪੈਡਾਗੋਜੀ ਨੂੰ ਇੰਪੋਰਟੈਂਸ ਨਹੀਂ ਦੇ ਰਹੇ ਜਾਂ ਪੈਡਾਗੋਜੀ ਨਹੀਂ ਕਰ ਰਹੇ ਤਾਂ ਉਹਨਾਂ ਦਾ ਇਹ ਐਗਜ਼ਾਮ ਕਿਸੇ ਹਾਲ ਦੇ ਵਿੱਚ ਕੁਆਲੀਫਾਈ ਨਹੀਂ ਹੋਣ ਲੱਗਿਆ ਹੈਗਾ ਠੀਕ ਹੈ ਜੇਕਰ ਮੈਂ ਆਪਣੀ ਗੱਲ ਕਰਾਂ ਮੈਂ ਆਪਣੇ ਤਜਰਬੇ ਦੀ ਗੱਲ ਦੱਸਾਂ ਜਦੋਂ ਮੈਂ ਪੀਐਸਟੈਟ ਨੂੰ ਕੁਆਲੀਫਾਈ ਕਰਿਆ ਸੀ ਤਾਂ ਲਗਭਗ 90 ਨੰਬਰ ਦਾ 90 ਨੰਬਰ ਦੀ ਪੈਡਾਗੋਜੀ ਨੇ ਜਿਹੜਾ ਮੇਰਾ ਹੈਲਪ ਕਰੇ ਸੀ ਮਾਰਕਸ ਤਾਂ ਚਲੋ ਜਿਹੜੇ 100 ਪਲੱਸ ਗਏ ਸੀ ਗਏ ਸੀ ਲੇਕਿਨ ਜਦੋਂ ਮੈਂ ਆਪਣੇ ਪੇਪਰ ਨੂੰ ਅਨਲਾਈਜ਼ ਕਰਿਆ ਤਾਂ ਮੈਨੂੰ ਘੱਟੋ ਘੱਟ 90 ਤੋਂ 100 ਪ੍ਰਸ਼ਨ ਜਿਹੜੇ ਨੇ ਪੈਡਾਗੋਜੀ ਨੇ ਸੋਲਵ ਕਰਾਏ ਸੀਗੇ ਔਰ ਦੇਖ ਲਓ ਤੁਸੀਂ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੈਡਾਗੋਜੀ ਕਿੰਨੀ ਕੁ ਜ਼ਿਆਦਾ ਮਾਇਨੇ ਰੱਖਦੀ ਹੈ ਇਸ ਕਰਕੇ ਪੈਡਾਗੋਜੀ ਨੂੰ ਛੱਡਣਾ ਨਹੀਂ ਹੈਗਾ ਠੀਕ ਹੈ ਕਈ ਬੱਚੇ ਪੈਡਾਗੋਜੀ ਦੇ ਨਾਮ ਤੋਂ ਡਰਦੇ ਨੇ ਦੇਖੋ ਡਰੋ ਨਾ ਨਾ ਹੀ ਰੱਟਾ ਲਗਾਓ ਠੀਕ ਹੈ ਪੈਡਾਗੋਜੀ ਕੀ ਹੈ ਪੈਡਾਗੋਜੀ ਜਸਟ ਦੇਖਣ ਨੂੰ ਜਿੰਨਾ ਇਹਦਾ ਜਿਹੜਾ ਵਰਡ ਹੈ ਉਹ ਅਜੀਬ ਹੈ ਉਨੀ ਹੀ ਇਹ ਜ਼ਿਆਦਾ ਸੌਖੀ ਹੈ ਠੀਕ ਹੈ ਡਰਨ ਦੀ ਗੱਲ ਨਹੀਂ ਹੈਗੀ ਪੈਡਾਗੋਜੀ ਦੇ ਵਿੱਚ ਜਸਟ ਜਿਹੜਾ ਪੈਡਾਗੋਜੀ ਆ ਆਪਣੀ ਟੀਚਿੰਗ ਸਕਿਲਸ ਨੂੰ ਚੈੱਕ ਕਰਦਾ ਹੈ ਕਿ ਆਪਾਂ ਬੱਚੇ ਦੇ ਡਿਵੈਲਪਮੈਂਟ ਨੂੰ ਕਿੰਨਾ ਕ ਸਮਝਦੇ ਆ ਬੱਚੇ ਨੂੰ ਕਿੰਨਾ ਕ ਟੈਕਲ ਕਰਦੇ ਆ ਉਹਨੂੰ ਕਿੰਨਾ ਕ ਅੰਡਰਸਟੈਂਡ ਕਰਦੇ ਆ ਜਸਟ ਇੰਨੀ ਇੱਕ ਗੱਲ ਹੁੰਦੀ ਹੈ ਪੈਡਾਗੋਜੀ ਦੇ ਵਿੱਚ ਠੀਕ ਹੈ ਪੈਡਾਗੋਜੀ ਆਪਾਂ ਨੂੰ ਬੱਚੇ ਦੀ ਡਿਵੈਲਪਮੈਂਟ ਦੇ ਰਿਲੇਟਿਡ ਉਹਦੀ ਆਪਣੀ ਟੀਚਿੰਗ ਸਕਿਲਸ ਦੀ ਗੱਲ ਕਰਦਾ ਹੈ ਜਸਟ ਠੀਕ ਹੈ ਬਸ ਇਹੀ ਚੈੱਕ ਕਰਦਾ ਕਿ ਆਪਾਂ ਕੋਈ ਕਲਾਸ ਦੇ ਵਿੱਚ ਬੱਚੇ ਨੂੰ ਕਿੱਦਾਂ ਪੜਾਉਂਦੇ ਆ ਠੀਕ ਹੈ ਜਾਂ ਬੱਚੇ ਨੂੰ ਜੇ ਕੋਈ ਦਿੱਕਤ ਹੈ ਤਾਂ ਉਹਨੂੰ ਕਿਵੇਂ ਸੋਲਵ ਕਰਦੇ ਆ ਬਸ ਉਹ ਹੀ ਜਿੰਨੇ ਵੀ ਆਪਣੇ ਮੈਥਡ ਨੇ ਉਹ ਸਾਰੇ ਪੈਡਾਗੋਜੀ ਦੇ ਅੰਡਰ ਆ ਜਾਂਦੇ ਨੇ ਠੀਕ ਹੈ ਤਾਂ ਪੈਡਾਗੋਜੀ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਸੀਡੀਪੀ ਦੇ ਵਿੱਚ ਵੀ ਪੰਜਾਬੀ ਇੰਗਲਿਸ਼ ਮੈਥਸ ਸਾਰਿਆਂ ਦੇ ਵਿੱਚ ਪੈਡਾਗੋਜੀ ਪੁੱਛੀ ਹੀ ਜਾਊਗੀ ਤੇ ਪੈਡਾਗੋਜੀ ਦੀ ਜਿਹੜੀ ਲੈਂਗੁਏਜ ਆ ਥੋੜੀ ਲੈਂਥੀ ਹੁੰਦੀ ਹੈ ਇਸ ਲਈ ਜ਼ਰੂਰ ਤੋਂ ਤੁਸੀਂ ਜਦੋਂ ਪ੍ਰੀਵਿਅਸ ইয়ার ਸੋਲਵ ਕਰੋਗੇ ਤੁਹਾਨੂੰ ਆਪ ਪਤਾ ਲੱਗ ਜਾਊਗਾ ਠੀਕ ਹੈ ਤੇ ਜੇ ਮੈਂ ਤੁਹਾਨੂੰ ਕਿਹਾ ਹੈ ਨਾ ਪ੍ਰੀਵियस ਇਅਰ ਸੋਲਵ ਕਰਨੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਪ੍ਰੀਵियस ਇਅਰ ਨੂੰ ਰੱਟੇ ਲਾ ਲਓ ਨਹੀਂ ਰੱਟੇ ਨਹੀਂ ਲਗਾਣੇ ਹੈਗੇ ਉਹਨੂੰ ਸੋਲਵ ਕਰਨਾ ਹੈ ਮਤਲਬ ਕੁਐਸਚਨ ਨੂੰ ਸੋਲਵ ਕਰਕੇ ਦੇਖਣਾ ਹੈ ਵੀ ਤੁਹਾਨੂੰ ਇਹ ਆਨਸਰ ਆ ਰਿਹਾ ਹੈ ਜੇਕਰ ਤੁਹਾਡਾ ਆਨਸਰ ਕਰੈਕਟ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਨੇ ਚੈੱਕ ਕਰਨਾ ਹੈ ਕਿ ਤੁਹਾਡੇ ਕਿੱਥੇ ਗਲਤੀ ਹੋਈ ਹੈ ਤੁਹਾਡੇ ਤੋਂ ਠੀਕ ਹੈ ਉਹਨੂੰ ਪ੍ਰੋਪਰ ਸਹੀ ਤਰੀਕੇ ਨਾਲ ਚੈੱਕ ਕਰਨਾ ਹੈ ਕਿ ਕਿੱਥੇ ਕੁਐਸਚਨ ਅੜਿਆ ਕਿੱਥੇ ਦਿੱਕਤ ਆਈ ਤੁਹਾਨੂੰ ਜਦੋਂ ਤੁਸੀਂ ਇਹ ਚੀਜ਼ ਨੂੰ ਇੰਪਰੂਵ ਕਰ ਲਿਆ ਤਾਂ ਤੁਹਾਡਾ ਇਹ ਜਿਹੜਾ ਆਪਣਾ ਐਗਜ਼ਾਮ ਹੈ ਬਹੁਤ ਅੱਛੇ ਤਰੀਕੇ ਨਾਲ ਕੁਆਲੀਫਾਈ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਡਿਸਕਸ ਕਰਨਾ ਚਾਹਨੀ ਹਾਂ ਕੁਝ ਗੱਲਾਂ ਕੁਝ ਮਿਸਟੇਕਸ ਜਿਹੜੀ ਕਿ ਬੱਚੇ ਹਰ ਇੱਕ ਵਾਰ ਇਸ ਐਗਜ਼ਾਮ ਦੇ ਵਿੱਚ ਕਰਦੇ ਨੇ ਕਿਹੜੀ ਚੀਜ਼ਾਂ ਨਹੀਂ ਕਰਨੀਆਂ ਆਪਾਂ ਨੇ ਠੀਕ ਹੈ ਸਭ ਤੋਂ ਪਹਿਲਾਂ ਦੇਖ ਦਿਆਂ ਸਭ ਤੋਂ ਪਹਿਲਾਂ ਡੂ ਨਾਟ ਵੇਸ ਟਾਈਮ ਔਨ એનર્ਜੀ ਗ੍ਰਾਮਰ ਠੀਕ ਹੈ ਆਪਣੀ ਜਿਹੜੀ ਗ੍ਰਾਮਰ ਹੈ ਉਹਦੇ ਤੇ ਆਪਣੀ એનર્ਜੀ ਤੇ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈਗਾ ਇਹਨਾ ਲਾਸਟ ਦੇ ਦਿਨਾਂ ਵਿੱਚ ਕਈ ਬੱਚੇ ਕੀ ਕਰਦੇ ਨੇ ਹਾਂ ਬਿਲਕੁਲ ਮੈਂ ਮੰਨਦੀ ਆ ਕਿ ਸਿਲੇਬਸ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਹੈ ਤੇ ਆਪਣੀ ਜਿਹੜੀ ਇੰਗਲਿਸ਼ ਹੈ ਉਹਨਾਂ ਦੋਹਾਂ ਦੇ ਵਿੱਚ ਜਿਹੜੀ ਗ੍ਰਾਮਰ ਆ ਮੈਂਸ਼ਨ ਕੀਤੀ ਗਈ ਹੈ ਬਿਲਕੁਲ ਕੀਤੀ ਗਈ ਹੈ ਪਰ ਜੇਕਰ ਤੁਸੀਂ ਪ੍ਰੀਵਿਅਸ ইয়ার ਦੇਖੋ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏਗਾ ਗ੍ਰਾਮਰ ਤੋਂ ਜਸਟ 2 ਜਾਂ 3 ਕੁਐਸਚਨ ਮਸਾਂ ਹੀ 3 ਵੀ ਮੈਂ ਜ਼ਿਆਦਾ ਕਹਤੇ ਸਿਰਫ 2 ਇੱਕ ਜਾਂ ਦੋ ਕੁਐਸਚਨ ਪੁੱਛਿਆ ਜਾਂਦਾ ਈ ਹੁਣ ਤੁਸੀਂ ਆਪ ਸੋਚ ਸਕਦੇ ਹੋ ਜਿਦ ਤਰ੍ਹਾਂ ਮੰਨ ਲਓ ਕਿ ਪੰਜਾਬੀ 30 ਨੰਬਰ ਦੀ ਹੈ ਠੀਕ ਹੈ ਕਿੰਨੇ ਦੀ ਹੈ 30 ਦੀ ਹੈ ਉਹਦੇ ਵਿੱਚ 2 ਜਾਂ 3 ਮਾਰਕਸ ਦੀ ਗ੍ਰਾਮਰ ਆ ਰਹੀ ਹੈ ਤਾਂ ਕੀ ਤੁਸੀਂ 2 ਜਾਂ 3 ਮਾਰਕਸ ਨੂੰ ਜ਼ਿਆਦਾ ਕਰੋਗੇ ਜ਼ਿਆਦਾ ਉਹਨੂੰ ਚੰਗੀ ਤਰ੍ਹਾਂ ਕਰੋਗੇ ਜਾਂ ਫਿਰ ਬਾਕੀ ਦੇ 25 ਮਾਰਕਸ ਨੂੰ ਜ਼ਿਆਦਾ ਤਰੀਕੇ ਨਾਲ ਕਰੋਗੇ ਤਾਂ ਉਹ ਵੀ ਸਕੇ ਤੁਸੀਂ ਬਾਕੀ ਚੀਜ਼ਾਂ ਤੇ ਫੋਕਸ ਕਰੋਗੇ ਇਸ ਕਰਕੇ ਜਿਹੜੇ ਬੱਚੇ ਗ੍ਰਾਮਰ ਤੇ ਜ਼ਿਆਦਾ ਫੋਕਸ ਕਰ ਰਹੇ ਨੇ ਪਲੀਜ਼ ਉਹ ਨਾ ਕਰੋ ਉਹਦਾ ਕੋਈ ਤੁਹਾਨੂੰ ਬੈਨੀਫਿਟ ਨਹੀਂ ਹੋਣਾ ਮੈਂ ਤੁਹਾਨੂੰ ਸਬੂਤ ਵੀ ਦਿਖਾ ਦੰਨੀ ਆ ਨਾਲ ਮੈਂ ਪ੍ਰੂਫ ਵੀ ਅਟੈਚ ਕਰੇ ਨੇ ਜੇਕਰ ਤੁਸੀਂ ਪ੍ਰੀਵੀਅਸ ਈਅਰ ਦੇਖਦੇ ਹੋ ਨੀਚੇ ਇਹ ਹੈਗਾ ਪੀਐਸਟੈਟ ਦਾ ਲਾਸਟ ਈਅਰ ਦਾ ਠੀਕ ਹੈ ਦੇਖੋ ਆਪਣੇ ਕੋਲ ਇੱਥੇ ਆਪਣੇ ਕੋਲ ਪੈਰਾ ਦਿੱਤਾ ਹੋਇਆ ਹੈ ਪੰਜਾਬੀ ਦਾ ਨਾਲ ਉਹਦੇ ਵਿੱਚ ਕੁਐਸਚਨ ਪੁੱਛੇ ਗਏ ਨੇ ਇਹ ਪੰਜਾਬੀ ਦਾ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਆਪਾਂ ਨੂੰ ਆ ਗਈ ਕਾਗ ਟੁਕੜੀ ਲਾਸਟ ইয়ার ਠੀਕ ਹੈ ਪੰਜਾਬੀ ਦੇ 30 ਨੰਬਰ ਦੇ ਵਿੱਚੋਂ ਪੰਜਾਬੀ ਦੀ 30 ਨੰਬਰ ਦੇ ਵਿੱਚੋਂ 15 ਨੰਬਰ ਦੇ ਦੋ ਪੇਸੇ ਜਾਂਦੇ ਹੁੰਦੇ ਨੇ ਇੱਕ ਅੰਡੇਠਾ ਪੈਰਾ ਆਉਂਦਾ ਹੈ ਇੱਕ ਕਾਵ ਟੁਕੜੀ ਆਉਂਦੀ ਹੈ ਠੀਕ ਹੈ ਇੱਕ ਦੇ ਵਿੱਚ ਮੈਨੂੰ ਲੱਗਦਾ 7 ਜਾਂ 8 ਕੁਐਸਚਨ ਹੁੰਦੇ ਨੇ ਦੂਜੇ ਦੇ ਵਿੱਚ ਵੀ 7-8 ਕੁਐਸਚਨ ਹੁੰਦੇ ਨੇ ਠੀਕ ਹੈ ਕੁਝ ਇਸ ਟਾਈਪ ਦਾ ਸਟਰਕਚਰ ਹੁੰਦਾ ਹੈ ਇਹਨਾਂ ਦਾ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਤੁਸੀਂ ਗ੍ਰਾਮਰ ਕਿੱਥੇ ਕਿ ਤੁਸੀਂ ਉਹ ਕਰੋਗੇ 15 ਨੰਬਰ ਦੀ ਪੈਡਾਗੋਜੀ ਹੈ 15 ਨੰਬਰ ਦਾ ਆਪਣਾ ਕੰਟੈਂਟ ਹੈ ਜਿਹਦੇ ਵਿੱਚ ਕਿ ਦੋ ਅਨਸਿੰਨ ਪੈਸੇਜ ਨੇ ਮਤਲਬ ਇੱਕ ਕਾਵ ਟੁਕੜਾ ਤੇ ਇੱਕ ਅਨਸਿੰਨ ਪੈਸੇਜ ਹੈ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਵੀ ਕੁਐਸਚਨ ਆ ਗਏ ਨੈਕਸਟ ਪੇਜ ਦੀ ਗੱਲ ਕਰੀਏ ਇਹ ਵੀ ਪੈਰੇ ਦੇ ਵਿੱਚੋਂ ਪੁੱਛੇ ਗਏ ਕੁਐਸਚਨ ਨੇ ਠੀਕ ਹੈ ਕਾਵ ਟੁਕੜੀ ਦੇ ਵਿੱਚੋਂ ਜਿੰਨੇ ਵੀ ਕੁਐਸਚਨ ਨੇ ਸਾਰੇ ਪੁੱਛੇ ਗਏ ਨੇ ਹੁਣ ਤੁਸੀਂ ਗ੍ਰਾਮਰ ਦੇਖੋ ਇੱਕ ਕੁਐਸਚਨ ਕੁਐਸਚਨ ਨੰਬਰ 2 ਟਕਸਾਲੀ ਬੋਲੀ ਸਿਰਫ ਦੋ ਕੁਐਸਚਨ ਪੂਰੀ ਗ੍ਰਾਮਰ ਦੇ ਵਿੱਚੋਂ ਆਏ ਨੇ ਪੰਜਾਬੀ ਦੀ ਪੰਜਾਬੀ ਦੇ 30 ਮਾਰਕਸ ਨੇ ਆਪਣੇ 30 ਮਾਰਕਸ ਤੋਂ ਸਿਰਫ ਦੋ ਕੁਐਸਚਨ ਗ੍ਰਾਮਰ ਦੇ ਆਏ ਨੇ ਹੁਣ ਤੁਸੀਂ ਦੇਖ ਲਓ ਵੀ ਲਾਸਟ ਦੇ ਦਿਨਾਂ ਵਿੱਚ ਤੁਸੀਂ ਗ੍ਰਾਮਰ ਨੂੰ ਟਾਰਗੇਟ ਕਰਨਾ ਹੈ ਜਾਂ ਬਾਕੀ ਪੈਡਾਗੋਜੀ ਤੇ ਆਪਣੀ ਟੌਪਿਕ ਨੂੰ ਕਵਰ ਕਰਨਾ ਹੈ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਸਲਾਹ ਦਵਾਂਗੀ ਕਿ ਗ੍ਰਾਮਰ ਤੇ ਫੋਕਸ ਨਾ ਕਰਿਓ ਠੀਕ ਹੈ ਜਿੰਨੀ ਕਪਾ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਗ੍ਰਾਮਰ ਕਰੀਆ ਨਾ ਸਫੀਸ਼ੀਐਂਟ ਹੈ ਬਸ ਉਸ ਬੇਸਤੀ ਦੋ ਜਾਂ ਤਿੰਨ ਕੁਸ਼ਚਨ ਆਉਂਦੇ ਨੇ ਜਿੱਦਾ ਇਹ ਪੁੱਛਿਆ ਗਿਆ ਨਿਰ ਅਗੇਤਰ ਨਾਲ ਕਿਹੜਾ ਵਰਡ ਨਹੀਂ ਬਣਿਆ ਜਾਂ ਟਕਸਾਲੀ ਬੋਲੀ ਕਿਹਨੂੰ ਕਹਿੰਦੇ ਨੇ ਵੈਰੀ ਇਜ਼ੀ ਕੁਸ਼ਚਨ ਹੈ ਗ੍ਰਾਮਰ ਦੇ ਇਸ ਕਰਕੇ ਗ੍ਰਾਮਰ ਤੇ ਫੋਕਸ ਨਹੀਂ ਕਰਨਾ ਹੈਗਾ ਠੀਕ ਹੈ ਇਹ ਐਦਾ ਹੀ ਇਹ ਪੰਜਾਬੀ ਦਾ ਨੈਕਸਟ ਪੈਰਾ ਇਹ ਦੇਖੋ ਇਹਦੇ ਵਿੱਚ ਵੀ ਸਿਰਫ ਦੋ ਕੁਸ਼ਚਨ ਪੁੱਛੇ ਗਏ ਨੇ ਇੱਕ ਗੁਰਮੁਖੀ ਲਿਪੀ ਆੜਾ ਇੱਕ ਉਪਭਾਸ਼ਾ ਸਿਰਫ ਇਹ ਦੋ ਕੁਸ਼ਚਨ ਗ੍ਰਾਮਰ ਦੇ ਨੇ ਬਾਕੀ ਸਾਰੇ ਨਾਰਮਲ ਕੁਸ਼ਚਨ ਨੇ ਜਿਹੜੇ ਆਪਣੀ ਪੈਡਾਗੋਜੀ ਦੇ ਵਿੱਚ ਆਉਂਦੇ ਨੇ ਠੀਕ ਹੈ ਤਾਂ ਇਸ ਕਰਕੇ ਗ੍ਰਾਮਰ ਤੇ ਫੋਕਸ ਨਹੀਂ ਕਰਨਾ ਹੈਗਾ ਬਿਲਕੁਲ ਵੀ ਪੈਡਾਗੋਜੀ ਤੇ ਸਭ ਤੋਂ ਜ਼ਿਆ ਜੇ ਤੁਸੀਂ ਪੈਡਾਗੋਜੀ ਤੇ ਆਪਣੀ ਪਕੜ ਬਣਾ ਲਈ ਤਾਂ ਤੁਹਾਡਾ ਇਹ ਪੇਪਰ ਕਿਤੇ ਨਹੀਂ ਗਿਆ ਹੈਗਾ ਠੀਕ ਹੈ ਪੈਡਾਗੋਜੀ ਤੇ ਆਪਣੀ ਪਕੜ ਬਣਾਓ ਜ਼ਰੂਰ ਤੋਂ ਠੀਕ ਹੈ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਪੀਐਸਟੈਟ ਦੇ ਰਿਲੇਟਿਡ ਜੇਕਰ ਕੋਈ ਨਵੀਂ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸ ਦਿੱਤਾ ਜਾਵੇਗਾ ਠੀਕ ਹੈ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਉਸ ਤੋਂ ਬਾਅਦ ਇਹ ਪੁਆਇੰਟ ਨੰਬਰ ਸੈਕੰਡ ਦੀ ਗੱਲ ਕਰੀਏ ਡੂ ਨਾਟ ਇਗਨੋਰ ਔਰ ਸਕਿਪ ਕੰਪਰੀਹੈਂਸ਼ਨ ਜਿਹਨੂੰ ਕਿ ਅਨਸੀਨ ਪੈਸੇਜ ਕਹਿੰਦੇ ਨੇ ਚਾਹੇ ਉਹ ਇੰਗਲਿਸ਼ ਦਾ ਹੈ ਚਾਹੇ ਉਹ ਪੰਜਾਬੀ ਦਾ ਹੈ ਇਟ ਗਿਵਸ ਅ ਬੂਸਟ ਬਾਕਸ ਇਨ ਯੋਰ ਐਗਜ਼ਾਮ ਠੀਕ ਹੈ ਜਿਹੜੇ ਆਪਣੇ ਇੱਥੇ ਕੀ ਗੱਲ ਕਰੀ ਹੈ ਜਿਹੜੀ ਆਪਾਂ ਨੂੰ ਪਤਾ ਹੈ ਇੰਗਲਿਸ਼ ਦੇ ਵਿੱਚ ਆਪਣੇ ਕੋਲ ਕੰਪਰੀਹੈਂਸ਼ਨ ਆਂਦੀ ਹੈ ਅਨਸੀਨ ਪੈਸੇਜ ਕਿੰਨੇ ਆਂਦੇ ਨੇ ਦੋ ਆਂਦੇ ਨੇ ਟੋਟਲ ਆਪਣੇ ਕੋਲ ਇੰਗਲਿਸ਼ ਕਿੰਨੀ ਹੈ 30 ਮਾਰਕਸ ਦੀ ਹੈ ਉਹਦੇ ਵਿੱਚੋਂ ਦੋ ਜਿਹੜੇ ਨੇ ਆਪਣੇ ਕੋਲ ਹੋ ਆਂਦੇ ਨੇ ਪੈਸੇ ਜਾਂਦੇ ਨੇ ਕਿੰਨੇ ਆਂਦੇ ਨੇ ਦੋ ਠੀਕ ਹੈ ਵੀ ਟੋਟਲ 15 ਨੰਬਰ ਦਾ ਕੰਟੈਂਟ ਹੈ ਜਿਦੇ ਵਿੱਚ ਦੋ ਪੈਸੇਜ ਨੇ ਤੇ ਬਾਕੀ 15 ਨੰਬਰ ਦੀ ਕੀ ਹੈ ਪੈਡਾਗੋਜੀ ਹੈ ਠੀਕ ਹੈ ਬਾਕੀ 15 ਨੰਬਰ ਦੀ ਕੀ ਹੈ ਪੈਡਾਗੋਜੀ ਹੈ ਤਾਂ ਜਿਹੜੇ ਕੰਪਰੀਹੈਂਸ਼ਨ ਆ ਉਸ ਦੇ ਮਾਰਕਸ ਘਟ ਨਹੀਂ ਹੈਗੇ ਤੁਸੀਂ ਆਪ ਦੇਖ ਲਓ 15 ਠੀਕ ਹੈ ਕਈ ਬੱਚੇ ਕੀ ਕਰਦੇ ਨੇ ਅਨਸਨ ਪੈਸੇਜ ਨੂੰ ਸਕਿਪ ਕਰ ਦਿੰਦੇ ਨੇ ਠੀਕ ਹੈ ਸੋਲਵ ਨਹੀਂ ਕਰਕੇ ਦੇਖਦੇ ਹੈਗੇ ਲੇਕਿਨ ਇਹਦਾ ਨੁਕਸਾਨ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੂਗਾ ਇਸ ਕਰਕੇ ਜਰੂਰ ਤੋਂ ਕੰਪਰੀਹੈਂਸ਼ਨ ਜਰੂਰ ਤੋਂ ਕਰਕੇ ਜਾਇਓ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਤੁਸੀਂ 10th ਦੀ ਸੋਲਵ ਕਰਨ ਲੱਗ ਜਾਓ ਤੁਸੀਂ 9th ਦੀ ਕਰਨ ਲੱਗ ਜਾਓ ਜਾਂ ਤੁਸੀਂ +2 ਦੀ ਕਰਨ ਲੱਗ ਜਾਓ ਨਹੀਂ ਤੁਸੀਂ ਨੇ ਕੀ ਕਰਨਾ ਹੈ ਜਸਟ ਆਪਾਂ ਨੇ ਪ੍ਰੀਵੀਅਸ ইয়ার ਚੱਕਣੇ ਨੇ ਉਹਦੇ ਵਿੱਚ ਜਿੰਨੇ ਵੀ ਕੰਪਰੀਹੈਂਸ਼ਨ ਨੇ ਜਿੰਨੇ ਵੀ ਅਨਸਨ ਪੈਸੇਜ ਨੇ ਉਹਨਾਂ ਨੂੰ ਸੋਲਵ ਕਰਨਾ ਹੈ ਜਸਟ ਠੀਕ ਹੈ ਉਥੋਂ ਆਪਾਂ ਨੂੰ ਕੁਐਸਚਨ ਨੂੰ ਸੋਲਵ ਕਰਨ ਦੀ ਟ੍ਰਿਕ ਪਤਾ ਲੱਗ ਜੂਈ ਕਿੱਦਾਂ ਕਰਦੇ ਹੁੰਦੇ ਨੇ ਤੇ ਉਹਦੀ ਲੈਂਗੁਏਜ ਨੂੰ ਸਮਝਣ 'ਚ ਆਪਾਂ ਨੂੰ ਹੈਲਪ ਹੋਵੇਗੀ ਠੀਕ ਹੈ ਤਾਂ ਬਿਲਕੁਲ ਵੀ ਆਪਾਂ ਨੇ ਅਨਸੀਨ ਪੈਸੇਜ ਨੂੰ ਸੋਲਵ ਨਹੀਂ ਉਹ ਨਹੀਂ ਕਰਨਾ ਹੈਗਾ ਸਕਿਪ ਨਹੀਂ ਕਰਨਾ ਹੈਗਾ ਠੀਕ ਹੈ ਇਹ ਜਿਹੜੇ ਆਪਣੇ ਮਾਰਕਸ ਹੁੰਦੇ ਨੇ ਨਾ 15 ਨੰਬਰ ਪੰਜਾਬੀ ਦੇ ਪਲੱਸ 15 ਨੰਬਰ ਇੰਗਲਿਸ਼ ਦੇ ਕੰਟੈਂਟ ਵਾਲੇ ਚਾਰ ਜਿਹੜੇ ਆਪਣੇ ਅਨਸੀਨ ਪੈਸੇਜ ਆਉਂਦੇ ਨੇ ਦੋ ਪੰਜਾਬੀ ਦੇ ਵਿੱਚ ਦੋ ਇੰਗਲਿਸ਼ ਦੇ ਵਿੱਚ ਇਹ ਆਪਣੇ ਮਾਰਕਸ ਨੂੰ ਬਹੁਤ ਜ਼ਿਆਦਾ ਬੂਸਟ ਕਰਦੇ ਨੇ ਠੀਕ ਹੈ ਬਹੁਤ ਜ਼ਿਆਦਾ ਵਧਾਉਂਦੇ ਨੇ ਐਗਜ਼ਾਮ ਨੂੰ ਮਾਰਕਸ ਨੂੰ ਉਸ ਤੋਂ ਬਾਅਦ ਇਹ ਗੱਲ ਕਰੀਏ ਸੋਲ ਦੇਖੋ ਹੁਣ ਹਜੇ ਵੀ ਦਿਨ ਪਏ ਨੇ ਆਪਣੇ ਕੋਲ ਲਗਭਗ 9 ਤੋਂ 10 ਦਿਨ ਪਏ ਨੇ ਡੇਲੀ ਲੇਕਿਨ ਜੇਕਰ ਤੁਸੀਂ ਦੋ ਦੋ ਵੀ ਪੈਸੇ ਸੋਲਵ ਕਰਦੇ ਹੋ ਡੇਲੀ ਘੱਟੋ ਘੱਟ ਦੋ ਪੈਸੇ ਠੀਕ ਹੈ ਬਹੁਤ ਮੈਂ ਅਲੱਦਾ 15 ਜਾਂ 30 ਮਿੰਟ 15 ਜਾਂ 20 ਮਿੰਟ ਲੱਗਣਗੇ ਜੇ ਲੱਗਣਗੇ ਦੋ ਪੈਸੇ ਜ਼ਰੂਰ ਸੋਲਵ ਕਰਕੇ ਜਾਇਓ ਮਤਲਬ ਡੇਲੀ ਦੋ ਕਰੋਗੇ ਤਾਂ ਤੁਹਾਡੇ ਪ੍ਰੀਵੀਅਸ ਈਅਰ ਦੇ ਸਾਰੇ ਕਵਰ ਹੋ ਜਾਣਗੇ ਠੀਕ ਹੈ ਇੱਕ ਹੀ ਕਰਨਗੇ ਆਪਾਂ ਨੂੰ ਰੀਡਿੰਗ ਸਕਿੱਲ ਦੇ ਵਿੱਚ ਮਦਦ ਕਰ ਦੇਣਗੇ ਉੱਥੇ ਜਾ ਕੇ ਠੀਕ ਹੈ ਜਦੋਂ ਆਪਾਂ ਐਗਜ਼ਾਮ ਦੇ ਵਿੱਚ ਬੈਠਦੇ ਆਂ ਜਦੋਂ ਆਪਾਂ ਐਗਜ਼ਾਮ ਦੇ ਵਿੱਚ ਬੈਠਦੇ ਆ ਜਿੱਦਾਂ ਇਹ ਪੈਰਾ ਆਇਆ ਹੋਇਆ ਹੈ ਦੇਖੋ ਆਪਣੇ ਕੋਲ ਸਕਰੀਨ ਤੇ ਇਹ ਪੈਰਾ ਹੈ ਅਨਸਿਨ ਪੈਸੇਜ ਨੀਚੇ ਇਹਦੇ ਕੁਐਸਚਨ ਪੁੱਛੇ ਗਏ ਨੇ ਠੀਕ ਹੈ ਇਹ ਆਪਾਂ ਤਾਂ ਹੀ ਕੁਐਸਚਨ ਸੋਲਵ ਕਰ ਪਾਵਾਂਗੇ ਜੇਕਰ ਆਪਣੀ ਪ੍ਰੈਕਟਿਸ ਹੋਈ ਹੋਵੇਗੀ ਤਾਂ ਆਪਾਂ ਨੇ ਜਰੂਰ ਪ੍ਰੈਕਟਿਸ ਕਰਨੀ ਹੈ ਠੀਕ ਹੈ ਅਨਸਿਨ ਪੈਸੇਜ ਦੀ ਜਿਆਦਾ ਟਾਈਮ ਨਹੀਂ ਲੰਦੇ ਹੈਗੇ ਇਹ ਥੋੜਾ ਟਾਈਮ ਹੀ ਲੰਦੇ ਨੇ ਲੇਕਿਨ ਕਰਨਾ ਜ਼ਰੂਰ ਹੈ ਆ ਦੇਖੋ ਹੁਣ ਅੱਗੇ ਦੇਖੋ ਕਿੰਨਾ ਜ਼ਿਆਦਾ ਵੱਡਾ ਪੈਰਾ ਹੈ ਦੇਖੋ ਜਿਨ੍ਹਾਂ ਦੀ ਇੰਗਲਿਸ਼ ਵੀਕ ਹੈ ਉਹ ਤਾਂ ਦੇਖ ਕੇ ਹੀ ਡਰ ਜਾਂਦੇ ਹੁੰਦੇ ਨੇ ਇਹਨੂੰ ਠੀਕ ਹੈ ਤੇ ਜਿਨ੍ਹਾਂ ਦੀ ਐਵਰੇਜ ਆ ਉਹ ਵੀ ਬੱਚੇ ਨੂੰ ਸੋਲਵ ਨਹੀਂ ਕਰ ਪਾਉਂਦੇ ਬਿਕੋਜ਼ ਇੱਕ ਤਾਂ ਟਾਈਮ ਦਾ ਪ੍ਰੈਸ਼ਰ ਹੁੰਦਾ ਹੈ ਆਪਣੇ ਕੋਲ ਹਨਾ ਆਪਾਂ ਨੂੰ ਐ ਹੁੰਦਾ ਹੈ ਵੀ ਇੱਕ ਵੀ ਮਿੰਟ ਵੇਸਟ ਨਾ ਹੋਵੇ ਇੱਕ ਤਾਂ ਆਪਣੇ ਕੋਲ ਆਪਾਂ ਨੂੰ ਟਾਈਮ ਦਾ ਪ੍ਰੈਸ਼ਰ ਹੁੰਦਾ ਹੈ ਪੂਰਾ ਆਪਣੇ ਹਨਾ ਬਾਰਡਰ ਹੁੰਦਾ ਹੈ ਉੱਪਰ ਤੋਂ ਐਡਾ ਵੱਡਾ ਪੈਰਾ ਆ ਜੇ ਫਿਰ ਆਪਾਂ ਨੂੰ ਜਿਹੜਿਆ ਕੁਐਸਚਨ ਲੱਭਣ ਟਾਈਮ ਨਾਲ ਹਫੜਾ ਦਫੜੀ ਚ ਮਿਕਸਟੇਕ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਜਦੋਂ ਤੁਸੀਂ ਪਹਿਲਾ 2-4 ਅਨਸਿਨ ਪੈਸੇਜ ਸੋਲਵ ਕਰੇ ਹੋਣਗੇ ਤਾਂ ਤੁਹਾਡੀ ਇਹ ਇੱਕ ਪ੍ਰੋਪਰ ਤਰ੍ਹਾਂ ਦੀ ਆਦਤ ਬਣ ਜਾਊਗੀ ਤੁਹਾਨੂੰ ਇਹ ਚੀਜ਼ ਨਵੀਂ ਨਹੀਂ ਲੱਗੂਗੀ ਜਿਹੜੇ ਬੱਚੇ ਸੋਲਵ ਨਹੀਂ ਕਰਕੇ ਜਾਂਦੇ ਉਹਨਾਂ ਨੂੰ ਇਹ ਚੀਜ਼ ਨਵੀਂ ਲੱਗਦੀ ਹੁੰਦੀ ਹੈ ਅਨਸਿਨ ਪੈਸੇਜ ਵਾਲੀ ਫਿਰ ਉਹ ਕਰਦੇ ਨੇ ਗਲਤੀਆਂ ਫਿਰ ਉਹ ਬਾਅਦ ਚ ਆ ਕੇ ਕਹਿੰਦੇ ਨੇ ਕਿ ਸਾਡਾ ਇਹ ਚੀਜ਼ ਗਲਤ ਹੋ ਗਿਆ ਠੀਕ ਹੈ ਤਾਂ ਉਹ ਚੀਜ਼ ਨਹੀਂ ਕਰਨੀ ਅਨਸਿਨ ਪੈਸੇਜ ਜਰੂਰ ਸੋਲ ਔਰ ਕੋਈ ਬੁੱਕ ਨਹੀਂ ਚੱਕਣੀ ਆਪਾਂ ਨੇ ਕੋਈ ਨਵਾਂ ਟੋਪਿਕ ਨਹੀਂ ਛੇੜਨਾ ਜਸਟ ਜਸਟ ਅਨਸੀਨ ਪੈਸੇਜ ਜ਼ਰੂਰ ਲਾਸਟ ইয়ার ਦੇ ਸੋਲਵ ਕਰਿਓ ਆ ਦੇਖੋ ਅੱਗੇ 2018 ਦਾ ਐਗਜ਼ਾਮ ਹੈ ਜਿਹੜਾ ਆਪਣਾ ਪੀਟੈਟ ਹੋਇਆ ਸੀ ਉਹਦੇ ਵਿੱਚ ਦੇਖ ਲਓ ਪੈਰਾ ਕਿੱਡਾ ਵੱਡਾ ਆਇਆ ਹੋਇਆ ਹੈ ਦੇਖ ਲਓ ਆਪਣੇ ਆਪ ਦੇਖੋ ਕੀ ਤੁਸੀਂ ਉੱਥੇ ਬੈਠ ਕੇ ਐਡਾ ਵੱਡਾ ਪੈਰਾ ਸੋਲਵ ਕਰ ਲੋਗੇ ਬਿਨਾ ਪ੍ਰੈਕਟਿਸ ਤੋਂ ਬਿਨਾ ਪ੍ਰੈਕਟਿਸ ਹੋਈ ਚਾਹ ਜਸ ਸੋਲਵ ਨਹੀਂ ਹੁੰਦੀ ਹੈ ਗਿਆ ਇਹ ਚੀਜ਼ਾਂ ਟਾਈਮ ਮੰਗਦੀਆਂ ਨੇ ਠੀਕ ਹੈ ਆ ਇਹਨਾਂ ਦੇ ਕੁਐਸਚਨ ਨੇ ਦੇਖੋ ਲਗਭਗ 15 ਤੋਂ 16 ਕੁਐਸਚਨ ਪੁੱਛੇ ਹੋਏ ਨੇ ਪੂਰੇ ਪੈਰੇ ਦੇ ਵਿੱਚ ਕੀ ਕਿਹਾ ਤੇ ਜਰੂਰ ਕਵਰ ਕਰਕੇ ਜਾਇਓ ਆਪਣੀ ਪ੍ਰੈਕਟਿਸ ਕਰਕੇ ਜਾਇਓ ਉਸ ਤੋਂ ਬਾਅਦ ਇਹ ਗੱਲ ਕਰੀਏ ਆਪਣੇ ਕੁਝ ਟੌਪਿਕਸ ਸਹਜੇ ਹੁੰਦੇ ਨੇ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਜਿਹੜੇ ਕਿ ਪੰਜਾ ਹੀ ਸਬਜੈਕਟ ਆ ਜਿੱਦਾਂ ਸੀਡੀਪੀ ਹੋ ਗਿਆ ਆਪਣਾ ਈਵੀਐਸ ਮੈਥ ਪੰਜਾਬੀ ਸਾਰਿਆਂ ਦੇ ਵਿੱਚ ਆਣਗੇ ਉਹ ਟੌਪਿਕ ਕਿਹੜੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਵਰ ਕਰਿਓ ਠੀਕ ਹੈ ਉਹ ਟੌਪਿਕ ਹੈਗੇ ਨੇ ਦੇਖੋ ਜਿੱਦਾਂ ਸੀਡੀਪੀ ਦੇ ਦੇਖੋ ਕਨਸੈਪਟ ਆਫ ਡਿਵੈਲਪਮੈਂਟ ਹੋ ਗਿਆ ਪਿਆਜੇ ਵਾਈਗੋਟਸਕੀ ਦੀ ਥਿਊਰੀ ਦੇ ਕੁਐਸਚਨ ਹੋਗੇ ਸੀਸੀਈ ਇਨਕਲੂਸਿਵ ਐਜੂਕੇਸ਼ਨ ਹੋ ਗਿਆ ਲੈਂਗੁਏਜ ਸਕਿੱਲ ਰੀਡਿੰਗ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਇਹ ਚੀਜ਼ਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਤਾਂ ਜਿਹੜਾ ਆਪਣਾ ਹੈਗਾ ਹੀ ਹੈਗਾ ਹੀ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਪਾਂ ਅੱਗੇ ईवीएस ਦੇ ਇੰਪੋਰਟੈਂਟ ਟਾਪਿਕਸ ਨੇ ਠੀਕ ਹੈ ईवीएस ਦੀ ਜੀ ਗੱਲ ਕਰੀਏ ਇਹਦੇ ਇੰਪੋਰਟੈਂਟ ਟਾਪਿਕ ਕਿਹੜੇ ਨੇ ਗ੍ਰੀਨ ਹਾਊਸ ਇਫੈਕਟ ਜ਼ਰੂਰ ਕਵਰ ਕਰਿਓ ਠੀਕ ਹੈ ਵਾਯੂ ਮੰਡਲ ਦੀਆਂ ਪਰਤਾਂ 'ਚੋ ਕੁਐਸਚਨ ਆਂਦਾ ਹੁੰਦਾ ਏ ਓਜ਼ੋਨ ਦੇ এনवायरमेंट ਦੇ ਕਦੋਂ ਮਨਾਏ ਜਾਂਦੇ ਨੇ ਇਹ ਜ਼ਰੂਰ ਤੋਂ ਕਰਿਓ ਕਈ ਬੱਚੇ ਨੂੰ ਜੀਕੇ ਵਾਲੇ ਪਾਸੇ ਲੈ ਜਾਂਦੇ ਨੇ ਬਿਲਕੁਲ ਜੀਕੇ ਵਾਲੇ ਪਾਸੇ ਵੀ ਹੈਗੇ ਨੇ ਲੇਕਿਨ ਇਹ ਜਿਹੜੇ ਐਗਜ਼ਾਮ ਦੇ ਵਿੱਚ ਇਹ ਪੁੱਛੇ ਜਾਂਦੇ ਨੇ ਲਾਸਟ ਈਅਰ ਦੇ ਐਗਜ਼ਾਮ ਖੋਲ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ओਜ਼ੋਨ ਡੇ ਵੀ ਪੁੱਛਿਆ ਗਿਆ ਐਨਵਾਇਰਨਮੈਂਟ ਡੇ ਵੀ ਪੁੱਛਿਆ ਗਿਆ ਤਾਂ ਇਸ ਕਰਕੇ ਫੋਰੈਸਟ ਡੇ ਸਾਇੰਸ ਡੇ ਕਦੋਂ ਮਨਾਏ ਜਾਂਦੇ ਨੇ ਇਹ ਟਾਪਿਕ ਜ਼ਰੂਰ ਤੋਂ ਕਵਰ ਕਰਿਓ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਸੋਲਰ ਸਿਸਟਮ ਵਾਲਾ ਟਾਪਿਕ ਹੋ ਗਿਆ ਗ੍ਰੀਨ ਹਾਊਸ ਗੈਸੀਜ਼ ਪ੍ਰੋਜੈਕਟ ਟਾਈਗਰ ਨੈਸ਼ਨਲ ਪਾਰਕਸ ਜਿਹੜੀਆਂ ਇੰਪੋਰਟੈਂਟ ਨੇ ਉਹ ਜ਼ਰੂਰ ਕਵਰ ਕਰਿਓ ਠੀਕ ਹੈ ਡਿਸੀजेस ਹੋ ਗਿਆ ਡਿਸੀजेस ਆਪਾਂ ਤਾਂ ਇੱਕ ਆਪਾਂ ਨੂੰ ਇੱਕ ਅਲੱਗ ਤੋਂ ਟਾਪਿਕ ਵਾਲਾ ਮੈਂਸ਼ਨ ਕੀਤਾ ਹੋਇਆ ਹੈ ਹਨਾ ਇਹ ਵੀ ਜ਼ਰੂਰ ਕਵਰ ਕਵਰ ਕਰਿਓ ਉਸ ਤੋਂ ਬਾਅਦ এনवायरमेंट ਦਾ ਰਿਲੇਟਡ ਡਾਟਾ ਮਤਲਬ ਦੇਖੋ ਜਦੋਂ ਮੈਂ ਇਹ ਲਾਸਟ ইয়ার ਐਗਜ਼ਾਮ ਦਿੱਤਾ ਹੈ ਪੀਐਸ ਟੈਟ ਉਦੋਂ ਮੇਰੇ ਟਾਈਮ 'ਚ ਜਦੋਂ ਈਵੀਐਸ ਦਾ ਐਗਜ਼ਾਮ ਨੂੰ ਤੁਸੀਂ ਦੇਖਦੇ ਹੋ ਉਹਦੇ ਵਿੱਚ ਲਗਭਗ 6 ਤੋਂ 7 ਕੁਐਸਚਨ ਜਿਹੜੇ ਨੇ ਉਹ ਕਰੰਟ ਦੇ ਪੁੱਛੇ ਗਏ ਸੀ ਜਿਹੜੇ ਕਿ এনवायरमेंट ਤੋਂ ਰਿਲੇਟਡ ਸੀਗੇ ਤਾਂ ਇਸ ਕਰਕੇ ਲੇਟੈਸਟ এনवायरमेंट ਤੋਂ ਰਿਲੇਟਡ ਡਾਟਾ ਵੀ ਇੱਕ ਵਾਰੀ ਦੇਖ ਲਿਓ ਠੀਕ ਹੈ ਉਹ ਵੀ ਕੁਐਸਚਨ ਬਣ ਜਾਂਦੇ ਹੁੰਦੇ ਨੇ ਉਸ ਤੋਂ ਬਾਅਦ ਤੇ ਇੱਕ ਰਿਕੁਐਸਟ ਹੋ ਰਿਹਾ ਹੈ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਪੈਡਾਗੋਜੀ ਦੀ ਥਰਡ ਪੁਆਇੰਟ ਜਿਹੜੀ ਚੀਜ਼ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਨੂੰ ਸਕਿਪ ਨਹੀਂ ਕਰਨਾ ਤੁਸੀਂ ਠੀਕ ਹੈ ਟੋਟਲ ਪੈਡਾਗੋਜੀ ਵੇਟੇਜ ਕਿੰਨਾ ਹੋ ਗਿਆ ਲਗਭਗ 50 ਤੋਂ 60 ਦੇਖ ਲਓ ਤੁਸੀਂ 82 ਨੰਬਰ ਐਸਸੀ ਨੇ ਲੈਣੇ ਨੇ 90 ਲੈਣੇ ਨੇ ਜਨਰਲ ਨੇ ਤਾਂ 60 ਨੰਬਰ ਜੇ ਇਕੱਲੀ ਪੈਡਾਗੋਜੀ ਕਵਰ ਕਰ ਰਹੀ ਹੈ ਤਾਂ ਕੀ ਇਹ ਇੰਪੋਰਟੈਂਟ ਨਹੀਂ ਪਤਾ ਨਹੀਂ ਕਿਉਂ ਬੱਚੇ ਛੱਡ ਕੇ ਚਲੇ ਜਾਂਦੇ ਨੇ ਇਸ ਨੂੰ ਠੀਕ ਹੈ ਤਾਂ ਫੋਕਸ ਓਨ ਪੈਡਾਗੋਜੀ ਤੇ ਵੇਸਟ ਨਾ ਕਰੋ ਆਪਣਾ ਟਾਈਮ ਹੇਅਰ ਐਂਡ ਥੇਅਰ ਠੀਕ ਹੈ ਮਤਲਬ ਇੱਧਰ ਉੱਧਰ ਨਾ ਭਟਕੋ ਵੀ ਮੈਂ ਇਹ ਟਾਪਿਕ ਵੀ ਕਰ ਲਾਂ ਉਹ ਟਾਪਿਕ ਵੀ ਕਰ ਲਾਂ ਹਾਂ ਕਰੋ ਜ਼ਰੂਰ ਮੈਂ ਇਹ ਨਹੀਂ ਕਹਿੰਦੀ ਵੀ ਕੋਈ ਟਾਪਿਕ ਛੱਡ ਕੇ ਜਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਦੇ ਇੱਧਰ ਭਟਕ ਰਹਿਓ ਕਦੇ ਉੱਧਰ ਭਟਕ ਰਹਿਓ ਐਦਾ ਟਾਈਮ ਨਹੀਂ ਵੇਸਟ ਕਰਨਾ ਹੈਗਾ ਠੀਕ ਹੈ ਇੱਕ ਪ੍ਰੋਪਰ ਸਟੱਡੀ ਰੂਟੀਨ ਬਣਾਓ ਪਲਾਨਿੰਗ ਬਣਾਓ ਕਿ ਇਹ ਟਾਪਿਕ ਨੂੰ ਮੈਂ ਇੰਨਾ ਟਾਈਮ ਦੇਣਾ ਹੈ ਇਹਦੇ ਐਨੇ ਐਮਸੀਕਿਊ ਸੋਲਵ ਕਰਨੇ ਨੇ ਠ ਤੇ ਲਗਭਗ ਜਿੰਨੇ ਵੀ ਲਗਭਗ ਪ੍ਰੀਵੀਅਸ ਈਅਰ ਦੇ ਜਿੰਨੇ ਵੀ ਪੈਸੇਜ ਨੇ ਠੀਕ ਹੈ ਜੇ ਸਾਰੇ ਕਰ ਸਕਦੇ ਹੋ ਤਾਂ ਵੈਰੀ ਗੁੱਡ ਹੈ ਲੇਕਿਨ ਘੱਟੋ ਘੱਟ 9 ਤੋਂ 10 ਪ੍ਰੀਵੀਅਸ ਈਅਰ ਦੇ ਪੈਸੇਜ ਜਿਹੜੇ ਨੇ ਜਰੂਰ ਤੋਂ ਸੋਲਵ ਕਰੋ ਠੀਕ ਹੈ ਉੱਥੇ ਜਾ ਕੇ ਤੁਹਾਨੂੰ ਦਿੱਕਤ ਨਹੀਂ ਆਊਗੀ ਫਿਰ ਜੇ ਤੁਸੀਂ ਪਹਿਲਾਂ ਸੋਲਵ ਕਰਕੇ ਜਾਓਗੇ ਨਾ ਉੱਥੇ ਜਾ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਉਸ ਤੋਂ ਬਾਅਦ ਅੰਡਰਸਟੈਂਡ ਦਾ ਐਗਜ਼ਾਮ ਲੈਂਗੁਏਜ ਬਿਲਕੁਲ ਜਦੋਂ ਤੁਸੀਂ ਪ੍ਰੀਵਿਅਸ ইয়ার ਕਰੋਗੇ ਤੁਹਾਨੂੰ ਉਹਦੀ ਲੈਂਗੁਏਜ ਸਮਝ ਆ ਜਾਊਗੀ ਤੁਸੀਂ ਆਪਣੇ ਆਪ ਉਹਦੀ ਲੈਂਗੁਏਜ ਨੂੰ ਟੈਕਲ ਕਰੋਗੇ ਠੀਕ ਹੈ ਤਾਂ ਇਸ ਕਰਕੇ ਜਰੂਰ ਤੋਂ ਉਹਦੇ ਲੈਂਗੁਏਜ ਨੂੰ ਸਮਝੋ ਦੇ ਪ੍ਰੀਵਿਅਸ ইয়ার ਨੂੰ ਸੋਲਵ ਕਰੋ ਅਨਸੀਨ ਪੈਸੇ ਸੋਲਵ ਕਰਨੇ ਉਸ ਤੋਂ ਬਾਅਦ ਦੇਖੋ ਅਬਜ਼ਰਵ ਯੋਰ ਵੀਕਐਂਡ ਸਟਰੋਂਗ ਪੁਆਇੰਟ ਬਿਲਕੁਲ ਜਿੱਦਾਂ ਹੁਣ ਕਈ ਬੱਚਿਆਂ ਦਾ ਮੈਥ ਵੀਕ ਹੁੰਦਾ ਹੈ ਹਨਾ ਤਾਂ ਜਿਸ ਜਿਸ ਟਾਈਮ ਆਪਾਂ ਨੂੰ ਪਤਾ ਲੱਗ ਰਿਹਾ ਵੀ ਹੁਣ ਲਾਸਟ ਦੇ ਦਿਨ ਚੱਲ ਰਹੇ ਨੇ ਮੰਨ ਲਓ 24 ਦਸੰਬਰ ਨੂੰ ਪੀਐਸਟੈਟ ਹੁੰਦਾ ਹੈ ਹਨਾ ਵੀ ਜਿੱਦਾਂ ਤਰੀਕ ਦਿੱਤੀ ਹੋਈ ਆ ਆਪਾਂ ਨੂੰ ਅ ਸ਼ਾਇਦ ਅੱਗੇ ਹੋ ਜੇ ਕੁਝ ਨਹੀਂ ਕਹਿ ਸਕਦੇ ਆਪਾਂ ਪਰ ਜੇ ਆਪਾਂ ਉਹ ਤਰੀਕ ਨੂੰ ਲੈ ਕੇ ਚੱਲਦੇ ਆ 24 ਦਸੰਬਰ ਨੂੰ ਮੰਨ ਲਓ ਪੀਟੈਟ ਹੋ ਰਿਹਾ ਹੈ ਠੀਕ ਹੈ ਤਾਂ ਕਈ ਬੱਚੇ ਕੀ ਕਰਦੇ ਨੇ ਜਿਨ੍ਹਾਂ ਦਾ ਮੈਥ ਵੀਕ ਹੋ ਜਾਂਦਾ ਮੈਥ ਕਰਨ ਲੱਗ ਜਾਂਦੇ ਨੇ ਤਾਂ ਇਹ ਕੋਈ ਟਾਈਮ ਨਹੀਂ ਹੈਗਾ ਆਪਣੇ ਵੀਕ ਉਹਨੂੰ ਸਬਜੈਕਟ ਨੂੰ ਸਟਰੋਂਗ ਕਰਨ ਦਾ ਠੀਕ ਹੈ ਤਾਂ ਵੀਕ ਨੂੰ ਵੀ ਸਟਰੋਂਗ ਕਰੋ ਪਰ ਜਿਹੜਾ ਆਪਣਾ ਸਟਰੋਂਗ ਸਬ ਪਹਿਲਾ ਉਸ ਤੇ ਚੰਗੀ ਤਰ੍ਹਾਂ ਪਕੜ ਬਣਾ ਲਓ ਕਿ ਘੱਟੋ ਘੱਟ ਸਟਰੋਂਗ ਸਬਜੈਕਟ ਜਿਹੜਾ ਵੀ ਹੈ ਤੁਹਾਡਾ ਉਹਦੇ 'ਚ ਇੱਕ ਵੀ ਨੰਬਰ ਨਾ ਕਟੇ ਠੀਕ ਹੈ ਵੀਕ ਨੂੰ ਵੀ ਟਾਈਮ ਦਿਓ ਵੀਕ ਨੂੰ ਛੱਡਣਾ ਨਹੀਂ ਹੈਗਾ ਲੇਕਿਨ ਸਟਰੋਂਗ ਸਬਜੈਕਟ ਉਹਨੂੰ ਸਕਿੱਪ ਨਾ ਕਰੋ ਠੀਕ ਹੈ ਵੀ ਇਹ ਤਾਂ ਮੈਨੂੰ ਆਂਦਾ ਇਹ ਨੂੰ ਨਹੀਂ ਮੈਂ ਕਰਨਾ ਹੈਗਾ ਐਦਾਂ ਕੰਮ ਨਹੀਂ ਕਰਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਹੈ ਡੂ ਨੋਟ ਲੀਵ ਅ ਸਿੰਗਲ ਕੁਐਸਚਨ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਇਸ ਕਰਕੇ ਇੱਕ ਵੀ ਕੁਐਸਚਨ ਆਪਾਂ ਨੇ ਛੱਡਣਾ ਨਹੀਂ ਹੈਗਾ ਠੀਕ ਹੈ ਤੇ ਯੂਜ਼ ਐਲੀਮੀਨੇਸ਼ਨ ਮੈਥਡ ਐਲੀਮੀਨੇਸ਼ਨ ਮੈਥਡ ਤੁਹਾਨੂੰ ਪਤਾ ਹੀ ਹੋਊਗਾ ਕਿਹੜਾ ਹੁੰਦਾ ਆਪਣੇ ਕੋਲ ਚਾਰ ਆਪਸ਼ਨ ਆndੀਆਂ ਨੇ ਹਨਾ ਏ ਬੀ ਸੀ ਡੀ ਮੰਨ ਲਓ ਆਪਾਂ ਨੂੰ ਕੋਈ ਕੁਐਸਚਨਸ ਨੇ ਕੁਐਸਚਨ ਨਹੀਂ ਆ ਰਿਹਾ ਹੈਗਾ ਤਾਂ ਆਪਾਂ ਨੇ ਉਹਦੇ ਵਿੱਚ ਕੀ ਕਰਨਾ ਹੈ ਉਹਦੇ ਵਿੱਚ ਇੱਕ ਇੱਕ ਆਪਸ਼ਨ ਨੂੰ ਐਲੀਮੀਨੇਟ ਕਰਦੇ ਜਾਣਾ ਮੰਨ ਲਓ ਆਪਾਂ ਨੇ ਇਹਨੂੰ ਸੋਚਾਂਗੇ ਤਾਂ ਆਪਾਂ ਥੋੜਾ ਜਸਟ ਅੰਦਾਜ਼ਾ ਲਗਾ ਸਕਦੇ ਕਿ ਇਹਦਾ ਇਹ ਆਨਸਰ ਨਹੀਂ ਹੋਊਗਾ ਹਨਾ ਐਲੀਮੀਨੇਟ ਕਰਦੇ ਹਾਂ ਜਿੱਦਾਂ ਤਾਂ ਆਪਾਂ ਉਹਦੇ ਨਾਲ ਕੀ ਹੁੰਦਾ ਇਹ ਮੈਥਡ ਯੂਜ਼ ਕਰਨ ਦੇ ਨਾਲ ਕੀ ਹੁੰਦਾ ਹੈ ਆਪਣੇ ਵੱਧ ਚਾਂਸ ਹੁੰਦੇ ਨੇ ਕਿ ਆਪਾਂ ਇੱਕ ਰਾਈਟ ਆਪਸ਼ਨ ਨੂੰ ਸਿਲੈਕਟ ਕਰੀਏ ਠੀਕ ਹੈ ਤਾਂ ਇਸ ਕਰਕੇ ਜਿਹੜਾ ਮੈਥਡ ਹੈ ਇਹ ਵੇਲੇ ਐਗਜ਼ਾਮ ਦੇ ਲਈ ਬਿਲਕੁਲ ਸਟਾਰ ਪੁਆਇੰਟ ਹੈ ਜਿਹੜੇ ਕੁਸ਼ਚਨ ਨਹੀਂ ਆਉਂਦੇ ਉਹਨਾਂ ਤੇ ਯੂ ਐਲੀਮੀਨੇਸ਼ਨ ਮੈਥਡ ਜ਼ਰੂਰ ਯੂਜ਼ ਕਰੋ ਠੀਕ ਹੈ ਪ੍ਰੀਵਿਅਸ ਇਅਰ ਟਾਈਮ ਸੋਲਵ ਕਰੋਗੇ ਉਦੋਂ ਵੀ ਜ਼ਰੂਰ ਯੂਜ਼ ਕਰਕੇ ਦੇਖਿਓ ਤੁਹਾਨੂੰ ਆਪ ਪਤਾ ਲੱਗ ਜਾਊਗਾ ਤੇ ਜਦੋਂ ਐਗਜ਼ਾਮ ਹੋਊਗਾ ਉਦੋਂ ਕਿਸੇ ਵੀ ਇੱਕ ਕੁਸ਼ਚਨ ਤੇ ਟਾਈਮ ਵੇਸ ਨਹੀਂ ਕਰਨਾ ਇਹ ਨਾ ਹੋਵੇ ਵੀ ਇਹ ਕੁਸ਼ਚਨ ਆ ਨਹੀਂ ਰਿਹਾ ਤਾਂ ਆਪਾਂ ਉਦੋਂ ਤੇ ਬੈਠੇ ਰਹੀਏ ਨਹੀਂ ਨੈਕਸਟ ਕੁਸ਼ਚਨ ਤੇ ਚਲੇ ਜਾਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਲਾਸਟ ਦੇ ਵਿੱਚ ਮੈਚਿੰਗ ਕੁਸ਼ਚਨਸ ਆ ਟਾਈਮ ਕੰਜ਼ਿਊਮ ਦੇਖੋ ਇੱਕ ਨਾ ਕੁਐਸ਼ਨਸ ਆਂਦੇ ਨੇ ਮੈਚਿੰਗ ਕੁਐਸ਼ਨਸ ਤੁਹਾਨੂੰ ਮੈਂ ਅੱਗੇ ਦਿਖਾ ਦੰਨੀ ਆ ਮੈਂ ਫੋਟੋ ਕਲਿੱਕ ਲਈ ਸੀ ਉਹਦੀ ਕਿੱਤੀ ਸੀਗੀ ਠੀਕ ਐ ਮੈਚਿੰਗ ਕੁਐਸ਼ਨਸ ਨਾ ਜਾਣ ਬੁੱਝ ਕੇ ਪਾਏ ਜਾਂਦੇ ਨੇ ਵਾਈ ਕਿਉਂ ਪਾਏ ਜਾਂਦੇ ਨੇ ਬੋਰਡ ਵੱਲੋਂ ਕਿਉਂਕਿ ਉਹ ਟਾਈਮ ਕੰਜ਼ਿਊਮਿੰਗ ਹੁੰਦੇ ਨੇ ਕਿਉਂ ਹੁੰਦੇ ਨੇ ਟਾਈਮ ਕੰਜ਼ਿਊਮਿੰਗ ਹੁੰਦੇ ਨੇ ਬਹੁਤ ਜ਼ਿਆਦਾ ਟਾਈਮ ਖਾਂਦੇ ਨੇ ਉਹ ਕੁਐਸ਼ਨ ਮੈਚਿੰਗ ਕੁਐਸ਼ਨਸ ਜਦੋਂ ਤੁਸੀਂ ਦੇਖੋਗੇ ਤਾਂ ਇਸ ਕਰਕੇ ਤੁਸੀਂ ਨੇ ਕੀ ਬਣਨਾ ਹੈ ਸਮਾਰਟ ਬਣਨਾ ਹੈ ਆਪਣੇ ਟਾਈਮ ਨੂੰ ਸੇਵ ਕਰਨਾ ਹੈ ਉਹਨੂੰ ਵੇਸਟ ਨਹੀਂ ਕਰਨਾ ਹੈਗਾ ਐਗਜ਼ਾਮ ਦੇ ਵਿੱਚ ਮੈਂ ਤੁਹਾਨੂੰ ਦੱਸ ਦੰਨੀ ਆ ਮੈਚਿੰਗ ਕੁਐਸ਼ਨ ਕਿਹੜੇ ਹੁੰਦੇ ਨੇ ਆਰੇ ਮੈਚਿੰਗ ਕੁਐਸਚਨ ਕੁਐਸਚਨ ਨੰਬਰ 124 ਵਾਲਾ ਤੁਸੀਂ ਦੇਖ ਰਹੇ ਹੋ ਮੈਚਿੰਗ ਕੁਐਸਚਨ ਹੈ ਹੁਣ ਤੁਸੀਂ ਆਪ ਦੇਖ ਲਓ ਵੀ ਜੇ ਤੁਸੀਂ ਚਾਰਾਂ ਨੂੰ ਮਿਲਾਨਣ ਲੱਗ ਜਓ ਤੁਹਾਨੂੰ ਕਿੰਨਾ ਟਾਈਮ ਲੱਗ ਜੂਗਾ ਇਹਨਾਂ ਚਾਰਾਂ ਆਪਸ਼ਨਾਂ ਨੂੰ ਸੋਲਵ ਕਰਦੇ ਕਰਦੇ ਕਿੰਨਾ ਟਾਈਮ ਲੱਗ ਜੂਗਾ ਤਾਂ ਇਹਦੇ ਲਈ ਆਪਾਂ ਨੇ ਕੀ ਕਰਨਾ ਹੈ ਆਪਾਂ ਨੂੰ ਜਸਟ ਪਹਿਲੇ ਵਾਲੇ ਨੂੰ ਦੇਖਣਾ ਹੈ ਵਪਾਰਿਕ ਹਵਾਵਾਂ ਮੰਨ ਲਓ ਆਪਾਂ ਨੂੰ ਪਤਾ ਹੀ ਵਪਾਰਿਕ ਹਵਾਵਾਂ ਦਾ ਆਨਸਰ ਹੈਗਾ ਇਹ ਸਥਾਈ ਹਵਾਵਾਂ ਸਥਾਈ ਹਵਾ ਤਾਂ ਆਪਾਂ ਨੇ ਕੀ ਦੇਖਣਾ ਆਪਾਂ ਨੂੰ ਜਸਟ ਇਹ ਦੇਖਣਾ ਹੈ ਕਿ ਉਹ ਵਾਲਾ ਆਪਸ਼ਨ ਜਿਹਦੇ ਵਿੱਚ ਪਹਿਲੇ ਦਾ ਬੀ ਆਨਸਰ ਹੋਵੇ ਤਾਂ ਦੇਖੋ ਇਹਦੇ ਵਿੱਚ ਪਹਿਲੇ ਦਾ ਬੀ ਆਨਸਰ ਇੱਕ ਹੀ ਆਪਸ਼ਨ ਦੇ ਵਿੱਚ ਹੈ ਸਿਰਫ ਔਰ ਸਿਰਫ ਪੁਆਇੰਟ ਬੀ ਦੇ ਵਿੱਚ ਆਪਸ਼ਨ ਬੀ ਦੇ ਵਿੱਚ ਹੋਰ ਕਿਸੇ ਆਪਸ਼ਨ ਦੇ ਉਹਦੇ ਵਿੱਚ ਨਹੀਂ ਹੈਗਾ ਬੀ ਠੀਕ ਹੈ ਪਹਿਲੇ ਦੇ ਵਿੱਚ ਤਾਂ ਪਹਿਲੇ ਦਾ ਆਨਸਰ ਬੀ ਹੋਣਾ ਚਾਹੀਦਾ ਨਾ ਇਹਨਾਂ ਦੇ ਵਿੱਚੋਂ ਕਿਸੇ ਦੇ ਵੀ ਬੀ ਨਹੀਂ ਹੈਗਾ ਤਾਂ ਇੱਥੋਂ ਆਪਾਂ ਨੂੰ ਬਾਕੀ ਤਿੰਨ ਮਿਲਾਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਜੇ ਆਪਾਂ ਨੂੰ ਪਹਿਲਾ ਹੀ ਗਰੰਟੀ ਵਾਲਾ ਹੋਵੇ ਕਿ ਹਾਂ ਇਹਦਾ ਆਨਸਰ ਇਹੀ ਹੋਊਗਾ ਠੀਕ ਹੈ ਜਦੋਂ ਮੈਂ ਇਹ ਪੇਪਰ ਸੋਲਵ ਕਰਾਇਆ ਸੀ ਮੈਂ ਲਗਭਗ 2 ਤੋਂ 3 ਸੈਕਿੰਡ ਦੇ ਅੰਦਰ ਅੰਦਰ ਇਹ ਕੁਐਸਚਨ ਸੋਲਵ ਕਰਤਾ ਸੀਗਾ ਬਿਕੋਜ਼ ਮੈਂ ਇਹ ਤੇ ਇਹ ਟ੍ਰਿਕਾ ਯੂਜ਼ ਕਰੀ ਸੀਗੀ ਠੀਕ ਹੈ ਜਿੱਦਾਂ ਹੁਣ ਮੰਨ ਲਓ ਜੇ ਆਪਾਂ ਨੂੰ ਐਦਾਂ ਇਹ ਵੀ ਆਪਾਂ ਨੂੰ ਪਹਿਲੇ ਦਾ ਆਨਸਰ ਨਹੀਂ ਪਤਾ ਪ੍ਰੋਪਰ ਤਾਂ ਆਪਾਂ ਸੈਕਿੰਡ ਦੇਖ ਲਓ ਲੂ ਲੂ ਕੀ ਦਾ ਇਹ ਮੰਨ ਲਓ ਲੂ ਦਾ ਆਨਸਰ ਸਥਾਨਕ ਬਾਵਾਂ ਤਾਂ ਦੂਜੇ ਦਾ ਏ ਬਣ ਰਿਹਾ ਏ ਠੀਕ ਹੈ ਦੂਜੇ ਦਾ ਏ ਬਣ ਰਿਹਾ ਤਾਂ ਦੇਖੋ ਆਪਸ਼ਨ 2 ਬਣਦਿਆ ਨੇ ਦੂਜੇ ਦਾ ਏ ਠੀਕ ਹੈ ਦੂਜੇ ਦਾ ਏ ਜਿਹੜਾ ਹੈ ਦੋ ਆਪਸ਼ਨਾਂ ਬਣਦੀਆਂ ਨੇ ਤਾਂ ਤੁਸੀਂ ਬਿਲਕੁਲ ਪਹਿਲਾਂ ਐਲੀਮੀਨੇਟ ਕਰ ਦੋਗੇ ਤੇ ਡੀ ਐਲੀਮੀਨੇਟ ਕਰ ਦੋਗੇ ਆਪਣੇ ਕੋਲ ਕਿੰਨੀਆਂ ਰਹਿ ਗਈਆਂ ਦੋ ਆਪਸ਼ਨਾਂ ਰਹਿ ਗਈਆਂ ਦੋ ਦੇ ਵਿੱਚੋਂ ਤੁਸੀਂ ਜਦੋਂ ਬਾਕੀ ਇੱਕ ਅੱਧਾ ਮਿਲਾਉਗੇ ਤੁਹਾਨੂੰ ਆਨਸਰ ਆਟੋਮੈਟਿਕਲੀ ਮਿਲ ਜਾਊਗਾ ਠੀਕ ਹੈ ਤਾਂ ਜਰੂਰ ਇਹ ਟ੍ਰਿਕ ਅਪਣਾਓ ਜਿਹੜਿਆ ਕੁਐਸਚਨ ਨੇ ਨਾ ਇਹ ਜਾਣ ਬੁੱਝ ਕੇ ਪਾਇਆ ਜਾਂਦੇ ਨੇ ਕਿਉਂਕਿ ਇਹ ਟਾਈਮ ਲੰ데요 ਨੇ ਠੀਕ ਹੈ ਐਦਾ ਹੀ ਦੇਖੋ ਇੱਕ ਹੋਰ ਕੁਐਸਚਨ ਪਾਰ ਗਿਆ ਬਾਇਓਸਫੀਅਰ ਕਿਹਨੂੰ ਕਹਿੰਦੇ ਨੇ ਬਾਇਓਸਫੀਅਰ ਕਹਿੰਦੇ ਨੇ ਜੀਵਾ ਅਤੇ ਜੀਵਾਂ ਦੀ ਸਟੱਡੀ ਨੂੰ ਜੀਵਾਂ ਦੇ ਉਹਨਾਂ ਦੇ ਸਬੰਧ ਅਨੁਸਾਰ ਇਹਨੂੰ ਜੋ ਵੀ ਦੱਸਦਾ ਹੈ ਉਹਨੂੰ ਬਾਇਓਸਫੀਅਰ ਕਹਿੰਦੇ ਨੇ ਜਿਸ ਨੂੰ ਆਪਾਂ ਜੀਵ ਮੰਡਲ ਕਹਿੰਦੇ ਹਾਂ ਹਨਾ ਇਹਦਾ ਮਤਲਬ ਪਹਿਲੇ ਦਾ ਡੀ ਆਊਗਾ ਤਾਂ ਤੁਸੀਂ ਆਪ ਦੇਖ ਲਓ ਪਹਿਲੇ ਦਾ ਡੀ ਕਿਹੜੇ অপਸ਼ਨ ਦੇ ਵਿੱਚ ਹੈ ਪਹਿਲੇ ਦਾ ਡੀ ਸਿਰਫ ਏ অপਸ਼ਨ ਦੇ ਵਿੱਚ ਹੈ ਦੇਖ ਲਓ ਤੁਸੀਂ ਆਪ ਪਹਿਲੇ ਦਾ ਕੀ ਹੈ ਪਹਿਲੇ ਦਾ ਡੀ ਹੈ ਤਾਂ ਹੁਣ ਆਪਾਂ ਨੂੰ ਪਤਾ ਹੈ ਬਾਕੀ ਤਿੰਨਾਂ ਦੇ ਵਿੱਚੋਂ ਦਾ ਆਨਸਰ ਕਰੈਕਟ ਨਹੀਂ ਹੈਗਾ ਤਾਂ ਇਹਦਾ ਮਤਲਬ ਪਹਿਲਾ ਹੀ ਰਾਈਟ ਆਨਸਰ ਹੈ ਤਾਂ ਆਪਾਂ ਨੂੰ ਬਾਕੀ ਦੇ ਤਿੰਨ ਦੇਖਣ ਦੀ ਲੋੜ ਨਹੀਂ ਪੈਂਦੀ ਹੈਗੇ ਬਾਕੀ ਤਿੰਨਾਂ ਤੇ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੇ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਅਗਲਾ ਨਹੀਂ ਪਤਾ ਹੈਗਾ ਵੀ ਇਹ ਸ਼ੋਰ ਅਨਸਰ ਹੈ ਤਾਂ ਬਸ ਇੱਕ ਅੱਧਾ ਹੋਰ ਮਲਾ ਲਓ ਜੀ ਦਾ ਹਾਈਡਰੋਸਫੀਅਰ ਹੈ ਹਾਈਡਰੋਸਫੀਅਰ ਦਾ ਮਤਲਬ ਕੀ ਹੁੰਦਾ ਹੈ ਪਾਣੀ ਦਾ ਡੋਮੇਨ ਹਨਾ ਤਾਂ ਇਸ ਕਰਕੇ ਬਸ ਇੱਕ ਅੱਧੇ ਨੂੰ ਹੋਰ ਮਲਾ ਲਓ ਤਾਂ ਆਪਾਂ ਨੂੰ ਇਹ ਅਨਸਰ ਪਤਾ ਲੱਗ ਜਾਂਦੇ ਨੇ ਤਾਂ ਇਹ ਮੈਚਿੰਗ ਕੁਐਸਚਨਸ ਤੇ ਜੂ ਬਿਲਕੁਲ ਵੀ ਟਾਈਮ ਵੇਸ ਨਹੀਂ ਕਰਨਾ ਆਪਾਂ ਨੇ ਠੀਕ ਹੈ ਇਹਨਾਂ ਨੂੰ ਏਸੇ ਟ੍ਰਿਕ ਦੇ ਨਾਲ ਸੋਲਵ ਕਰਨਾ ਹੈ ਉਸ ਤੋਂ ਬਾਅਦ ਜੀ ਗੱਲ ਕਰੀਏ ਟਾਈਮ ਸੇ ਵਾਲੇ ਐਕਸ਼ਨ ਯੂਜ਼ ਕਰਨੇ ਨੇ ਠੀਕ ਹੈ ਇੱਕ ਕੁਐਸਚਨ ਤੇ ਬੈਠੇ ਨਹੀਂ ਰਹਿਣਾ ਤੇ ਬਿਲਕੁਲ ਇੱਕ ਗੱਲ ਰਿਪੀਟ ਕਰ ਰਹੀ ਹਾਂ ਮੈਂ بار بار ਕਿ ਪ੍ਰੀਵੀਅਸ ইয়ার ਨੂੰ ਮਿਸ ਨਾ ਕਰਿਓ ਠੀਕ ਹੈ ਜੇਕਰ ਤੁਸੀਂ ਦੁਨੀਆਪੜ ਦੇ ਮੌਕ ਟੈਸਟ ਲਗਾ ਲਓ ਦੁਨੀਆਪੜ ਦੇ ਸਾਰੇ ਕੁਐਸਚਨ ਸੋਲਵ ਕਰ ਲਓ ਪਰ ਜੇਕਰ ਤੁਸੀਂ ਪ੍ਰੀਵੀਅਸ ইয়ার ਨਹੀਂ ਕਰੇ ਹੈਗੇ ਤਾਂ ਉਹਨਾਂ ਦਾ ਜ਼ੀਰੋ ਫਾਇਦਾ ਹੈ ਕਿੰਨਾ ਹੀ ਜ਼ੀਰੋ ਫਾਇਦਾ ਤਾਂ ਇਸ ਕਰਕੇ ਬਾਕੀ ਕੁਝ ਕਰੋ ਨਾ ਕਰੋ ਲੇਕਿਨ ਪ੍ਰੀਵੀਅਸ ਈਅਰ ਜ਼ਰੂਰ ਸੋਲਵ ਕਰਕੇ ਜਾਇਓ ਏਸ ਐਗਜ਼ਾਮ ਦੇ ਲਈ ਠੀਕ ਹੈ ਪਲੱਸ ਰਿਵੀਜ਼ਨ ਤੇ ਪ੍ਰੈਕਟਿਸ ਜਿੰਨੇ ਕ ਟੌਪਿਕ ਕਰੇ ਉਹਨਾਂ ਦੀ ਜ਼ਰੂਰ ਤੋ ਰਿਵੀਜ਼ਨ ਕਰੋ ਪਲੱਸ ਜਿੰਨੇ ਕੁਐਸਚਨ ਜਿੰਨਾ ਟੌਪਿਕ ਕਰ ਲਿਆ ਉਹਦੇ ਜ਼ਰੂਰ ਤੋ ਕੁਐਸਚਨ ਦੀ ਪ੍ਰੈਕਟਿਸ ਕਰੋ ਠੀਕ ਹੈ ਇਹਦੇ ਨਾਲ ਤੁਹਾਨੂੰ ਨਾਲ ਤਾਂ ਕੌਨਫੀਡੈਂਸ ਬੂਸਟ ਹੋਊਗਾ ਨਾਲ ਤੁਹਾਡੇ ਐਗਜ਼ਾਮ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਟੈਕਲ ਕਰਨ ਦੇ ਵਿੱਚ ਹੈਲਪ ਮਿਲੇਗੀ ਠੀਕ ਹੈ ਤਾਂ ਐਸੀਗੀ ਅੱਜ ਦੀ ਵੀਡੀਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਇਸ ਵੀਡੀਓ ਦੇ ਵਿੱਚ ਮੈਂ ਜਸਟ 3 ਪੁਆਇੰਟ ਤੇ ਜ਼ਿਆਦਾ ਜ਼ੋਰ ਦਿੱਤਾ ਏ ਇੱਕ ਆਪਣੇ ਪ੍ਰੀਵੀਅਸ ਈਅਰ ਕੁਐਸਚਨ ਹੋਗੇ ਠੀਕ ਹੈ ਪਲੱਸ ਅਨਸੀਨ ਪੈਸੇ ਜਿਹੜੇ ਸੌਲ ਨਹੀਂ ਕਰਦੇ ਹੈਗੇ ਬੱਚੇ ਉਹਨਾਂ ਨੂੰ ਪ੍ਰੀਵੀਅਸ ਈਅਰ ਦੇ ਇਹਨਾਂ ਨੂੰ ਜ਼ਰੂਰ ਸੌਲ ਕਰੋ ਪਲੱਸ ਲਾਸਟ ਪੁਆਇੰਟ ਪੈਡਾਗੋਜੀ ਜੇਕਰ ਤੁਸੀਂ ਇਹ ਤਿੰਨ ਚੀਜ਼ਾਂ ਤੇ ਆਪਣੀ ਪਕੜ ਬਣਾ ਰਹੇ ਹੋ ਤਿੰਨੋਂ ਚੀਜ਼ਾਂ ਨੂੰ ਕਵਰ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਹਾਡੇ ਮਾਰਕਸ 100 ਪਲੱਸ ਜਾਣਗੇ ਠੀਕ ਹੈ ਇਹ ਚੀਜ਼ ਮੈਂ ਖੁਦ ਵੀ ਕਰੀ ਹੋਈ ਹੈ ਮੈਂ ਐਕਸਪੀਰੀਅੰਸ ਦੇ ਨਾਲ ਕਹਿ ਰਹੀਆਂ ਇਦਾਂ ਹੀ ਤੁੱਕਾ ਨਹੀਂ ਲਗਾ ਰਹੀ ਹੈਗੀ ਤਾਂ ਤੁਸੀਂ ਪ੍ਰੀਵੀਅਸ ਈਅਰ ਪਲੱਸ ਅਨਸੀਨ ਪੈਸੇਜ ਪਲੱਸ ਪੈਡਾਗੋਜੀ ਇਹ ਤਿੰਨ ਚੀਜ਼ਾਂ ਜ਼ਰੂਰ ਕਵਰ ਕਰਨੀਆਂ ਨੇ ਐਗਜ਼ਾਮ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਬਾਕੀ ਇਹ ਹੀ ਸੀਗੀ ਅੱਜ ਦੀ ਵੀਡੀਓ ਮੈਂ ਉਮੀਦ ਕਰਦੀਆਂ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਹੈਲਪ ਕਰੇਗੀ ਇਸ ਐਗਜ਼ਾਮ ਨੂੰ ਪ੍ਰੀਪੇਅਰ ਕਰਨ ਦੇ ਲਈ ਆਪਣੀ ਫੁੱਲ ਆਫ ਡੈਡੀਕੇਸ਼ਨ ਤੇ ਵਿਲ ਪਾਵਰ ਪੂਰੀ ਲਗਾ ਦਿਓ ਠੀਕ ਹੈ ਵਧੀਆ ਐਗਜ਼ਾਮ ਕਰਨਾ ਹੈ ਤੁਸੀਂ ਨੇ ਤੇ ਇਹਦੇ ਨਾਲ ਤੁਹਾਨੂੰ ਕੀ ਆ ਪੋਜ਼ਿਟਿਵ ਰਿਜ਼ਲਟ ਮਿਲੂਗਾ ਪੱਕਾ ਜੇਕਰ ਤੁਸੀਂ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਕਰਦੇ ਹੋ ਨਾਲੇ ਹੁਣ ਤਾਂ ਦਿਨ ਵੀ 10 ਰਹਿ ਗਏ ਠੀਕ ਹੈ ਜਰੂਰ ਕਵਰ ਕਰਿਓ ਨਾ ਟੌਪਿਕਸ ਨੂੰ ਜਿਹੜੇ ਇੰਪੋਰਟੈਂਟ ਟੌਪਿਕ ਮੈਂ ਤੁਹਾਨੂੰ ਉੱਪਰ ਦੱਸੇ ਨੇ ਨਾ ਜਿੱਦਾਂ ਸੀਸੀਈ ਹੋ ਗਿਆ ਤੇ ਇਨਕਲੂਸਿਵ ਐਜੂਕੇਸ਼ਨ ਵਾਲਾ ਟੌਪਿਕ ਹੋ ਗਿਆ ਤੇ ਇੱਕ ਮੈਂ ਉੱਪਰ ਦੱਸਣਾ ਸ਼ਾਇਦ ਭੁੱਲ ਗਈ ਲਰਨਿੰਗ ਡਿਸੇਬਿਲਿਟੀ ਵਾਲਾ ਟੌਪਿਕ ਹੈ ਨਾ ਜਿਹੜਾ ਉਹ ਆਪਾਂ ਨੇ ਚੈਨਲ ਤੇ ਵੀ ਕਰਾਰ ਰੱਖਿਆ ਹੈ ਲਰਨਿੰਗ ਡਿਸੇਬਿਲਿਟੀ ਵਾਲਾ ਜਿਦੇ ਵਿੱਚ ਡਿਸਲੈਕਸਿਆ ਡਿਸਕੈਲਕੁਲੀਆ ਦੀ ਗੱਲ ਕੀਤੀ ਜਾਂਦੀ ਹੈ ਉਹ ਵੈਰੀ ਵੈਰੀ ਇੰਪੋਰਟੈਂਟ ਆ ਟਾਪਿਕ ਠੀਕ ਹੈ ਉਹਨੂੰ ਤਾਂ ਬਿਲਕੁਲ ਵੀ ਸਕਿੱਪ ਨਾ ਕਰਿਓ ਠੀਕ ਹੈ ਉਹਨੂੰ ਜ਼ਰੂਰ ਕਵਰ ਕਰਿਓ ਕਿਉਂਕਿ ਉਹ ਸਾਰੇ ਸਬਜੈਕਟਾਂ ਦੇ ਵਿੱਚ ਘੁੰਮਣਗੇ ਕੁਐਸਚਨ ਮੈਂ ਤੁਹਾਨੂੰ ਪ੍ਰੀਵੀਅਸ ইয়ার ਦੇ ਵਿੱਚ ਵੀ ਜਦੋਂ ਤੁਸੀਂ ਦੇਖੋਗੇ ਨਾ ਤੁਹਾਨੂੰ ਆਪ ਪਤਾ ਲੱਗ ਜਾਏਗਾ ਉਹ ਟਾਪਿਕ ਦੇ ਵਿੱਚੋਂ ਲਗਭਗ 10 ਕੁਐਸਚਨ ਪੁੱਛੇਲੇ ਜਾਂਦੇ ਨੇ ਸਾਰੇ ਸਬਜੈਕਟਾਂ ਦੇ ਵਿੱਚ 2-2 ਜਾਂ 1-1 ਤਾਂ ਪੱਕਾ ਹੀ ਪੁੱਛਿਆ ਜਾਂਦਾ ਏ ਠੀਕ ਹੈ ਤਾਂ ਉਹ ਟਾਪਿਕ ਨੂੰ ਬਿਲਕੁਲ ਨਹੀਂ ਛੱਡਣਾ ਲਰਨਿੰਗ ਡਿਸੇਬਿਲਿਟੀਆਂ ਨਾਲ ਇਹਨੂੰ ਠ ਬਾਕੀ ਬੈਸਟ ਆਫ ਲੱਕ ਫਾਰ ðiਸ ਐਗਜ਼ਾਮ ਆਪਣਾ ਬੈਸਟ ਦਿਓ ਠੀਕ ਹੈ ਤੇ ਥੈਂਕ ਯੂ ਫਾਰ ਵਾਚਿੰਗ ਤੇ ਆਪਣੇ ਚੈਨਲ ਨੂੰ ਜੂਰ ਤੋਂ ਸਬਸਕ੍ਰਾਈਬ ਕਰਿਓ ਠੀਕ ਹੈ ਵੀਡੀਓ ਨੂੰ ਲਾਈਕ ਕਰ ਦਿਓ ਜੂਰ ਤੋਂ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਨਵੇਂ ਹੋ ਤੇ ਬਾਕੀ ਜੇਕਰ ਤੁਹਾਨੂੰ ਕੋਈ ਟੌਪਿਕ ਕੋਈ ਵੀ ਕਿਸੇ ਤਰ੍ਹਾਂ ਦਾ ਟੌਪਿਕ ਪੀਟੈਟ ਦੇ ਵਿੱਚ ਔਖਾ ਲੱਗ ਰਿਹਾ ਹੈ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਕਿ ਇਹ ਕੋ ਟੌਪਿਕ ਤੇ ਵੀਡੀਓ ਬਣਾਈ ਜਾਵੇ ਤਾਂ ਮੈਂ ਜਰੂਰ ਉਹ ਵੀਡੀਓ ਬਣਾਉਂਗੀ ਠੀਕ ਹੈ ਕਿਸੇ ਵੀ ਟੌਪਿਕ ਤੇ ਜਿਹੜੇ ਤੁਸੀਂ ਕਹੋਗੇ ਤੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਕਿਸੇ ਕੁਐਸਚਨ ਦੇ ਰਿਲੇਟਿਡ ਕਿਸੇ ਪ੍ਰੀਵੀਅਸ ইয়ার ਦੇ ਰਿਲੇਟਿਡ ਜਾਂ ਸਿਲੇਬਸ ਦੇ ਰਿਲੇਟਿਡ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਠੀਕ ਹੈ ਬਾਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ